ਬੇਵਕਤੀ ਬਰਸਾਤ ਹੋ ਗਈ ਬੇਮੌਸਮੀ ਬਰਸਾਤ ਹੋ ਗਈ ਫਿਰ ਇੰਨੀਆਂ ਮਾਰਾਂ ਮਾਰ ਕੇ ਜ਼ਿਮੀਂਦਾਰ ਕਿਦਾਂ ਸਹਾਇਕ ਧੰਦੇ ਬਾਰੇ ਸੋਚ ਲੂਗਾ ਤੁਸੀਂ ਮੰਨੋਗੇ ਵੀ ਉਹਨਾਂ ਦੀ ਆਪਣੀ ਜ਼ਮੀਨ ਵੀ ਨਹੀਂ ਹੈਗੀ ਹੂੰ ਮਤਲਬ ਉਹ ਬੰਦਾ ਜਿਹਦੀਆ ਚਲੋ ਆਪਾਂ ਨਾਂ ਨਹੀਂ ਲੰਦੇ ਉਹਨੇ ਘੱਟੋ ਘੱਟ 20 ਕਿਲੇ ਠੇਕੇ ਤੇ ਲੱਤੇ ਹੋਣੇ ਤੇ ਉਹਨੇ ਮਹਿਸਾ ਵੀ ਰੱਖੀ ਹੋਈਆਂ ਡੰਗਰ ਵੀ ਰੱਖੇ ਹੋਣੇ ਤੇ ਉਹਦਾ ਬੇਟਾ ਨਾਲ ਲੱਗਦਾ ਮੈਂ ਸਮਝ ਗਿਆ ਠੀਕ ਹੈ ਨਾ ਗੱਲ ਤੇ ਹਾਂ ਉਹਦਾ ਬੇਟਾ ਵੀ ਨਾਲ ਲੱਗਦਾ ਤੇ ਉਹ ਗੋਹਾਵੇ ਆਪ ਚੱਕਦੇ ਨੇ ਮੈਸਰਾਂ ਦਾ ਠੀਕ ਨਹੀਂ ਗੱਲ ਤੇ ਉਹ ਖੇਤੀ ਵੀ ਕਰਦੇ ਨੇ ਤੁਸੀਂ ਬਾਈ ਜੀ ਮੰਨੋਗੇ ਨਹੀਂ ਕਦੇ ਉਹਨਾਂ ਨੇ ਠੇਕੇ ਵਾਸਤੇ ਵੀ ਮੇਰੇ ਤੋਂ ਪੈਸੇ ਨਹੀਂ ਲੱਤੇਗੇ ਉਹਨਾਂ ਜਿਹੜੇ ਬਜ਼ੁਰਗੇ ਇੰਨੇ ਵਧੀਆ ਉਹਨੂੰ ਸਿੱਖਿਆ ਦੇ ਗਏ ਨੇ ਇੱਕ ਜ਼ਿਮੀਦਾਰਨ ਉਹਨਾਂ ਥੋੜਾ ਜਨਾ ਜਿਹੜੀ ਸੰਗ ਕਹਿੰਦੇ ਨੇ ਆਪਣੇ ਇੱਕ ਜਿਹੜਾ ਕਿਸਾਨ ਆ ਜਾਂ ਜੱਟ ਕਹਿ ਲਓ ਹਾਂ ਫੇਰ ਮੈਂ ਜੱਟ ਸ਼ਬਦ ਯੂਜ਼ ਤਾਂ ਕਰ ਰਹੇ ਹਾਂ ਕਿਉਂਕਿ ਇੱਕ ਥੱਬਾ ਲੱਗਿਆ ਹੋਇਆ ਵੀ ਮੈਂ ਤਾਂ ਜੱਟਾਂ ਹੀ ਮੈਂ ਇਹ ਕੰਮ ਨਹੀਂ ਕਰਦਾ ਮੈਂ ਇਹ ਕੰਮ ਨਹੀਂ ਕਰਦਾ ਹੁਣ ਇਹੀ ਜ਼ਿੰਮੇਦਾਰ ਜੇ ਇਹਨਾਂ ਦਾ ਬੱਚਾ ਬਾਹਰ ਚਲੇ ਜਾਂਦਾ ਉੱਥੇ ਉਹ ਲੇਬਰ ਤੱਕ ਕਰਦਾ ਠੀਕ ਨਹੀਂ ਗੱਲ ਉੱਥੇ ਦੇਖੋ ਉੱਥੇ ਮਜਬੂਰੀਆ ਕਰਨੀ ਪੈਣੀ ਆ ਥੋੜੇ ਜਿਹੀ ਕਿਤੇ ਨਾ ਕਿਤੇ ਕਮੀ ਆ ਕਮੀ ਆ ਉਹਨੂੰ ਤੁਸੀਂ ਦੂਰ ਕਿਉਂ ਨਹੀਂ ਕਰਦੇਗੇ ਕਿਉਂ ਤੁਸੀਂ ਫਿਰ ਲਾਸ ਨੂੰ ਲਾਸ ਨੂੰ ਲਾਸ ਨੂੰ ਵਧਾਉਂਦੇ ਵਧਾਉਂਦੇ ਉਹ ਫਿਰ ਜਦ ਬੜਾ ਲਾਸ ਹੋ ਜਾਂਦਾ ਫਿਰ ਉਹ ਬੰਦਾ ਡਿਪਰੈਸ਼ਨ ਚ ਚਲੇ ਜਾਂਦਾ ਹੁਣ ਫਿਰ ਗੱਲ ਆਉਂਦੀ ਸਾਡੇ ਆੜਤੀਆਂ ਉੱਤੇ ਮਿਹਨਤ ਕਰਨ ਦੇ ਵਿੱਚ ਕਾਦੀ ਕਰਨ ਦੇ ਵਿੱਚ ਕਾਦੀ ਸੰਗਾ ਹਨਾ ਜਿਹੜੇ ਲੋਕ ਅੱਜ ਸਾਡੇ ਮਿਹਨਤ ਨਹੀਂ ਕਰ ਰਹੇ ਉਹ ਸਿਰਫ ਇਹੀ ਖੇਤੀ ਉੱਤੇ ਡਿਪੈਂਡ ਹੋਗਾ ਕਿਉਂਕਿ ਖੇਤੀ ਦਾ ਜਿਹੜਾ ਨਾ ਗ੍ਰਾਫ ਆ ਤੁਸੀਂ ਜਦੋਂ ਜਦੋਂ ਦੀ ਖੇਤੀ ਸ਼ੁਰੂ ਹੋਈ ਹੈ ਦਾ ਗ੍ਰਾਫ ਇੰਨਾ ਜ਼ਿਆਦਾ ਉੱਪਰ ਨਹੀਂ ਉੱਠ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਬਾਣੀਆਂ ਬੰਦਾ ਇੰਨੀ ਬਰੀਕੀ ਚ ਜਾ ਸਕਦਾ ਸਾਡੀ ਜੱਟ ਬੁੱਧੀ ਹੈ ਵੀ ਅਸੀਂ ਕਹਿਣਾ ਵੀ ਚਲ ਕੋਈ ਨਾ ਜੋ ਪਰਮਾਤਮਾ ਨੇ ਸਾਡਾ ਪਤਾ ਕੀ ਸਿਸਟਮ ਚੱਲਦਾ ਜੱਟਾਂ ਦਾ ਵੀ ਚਲੋ ਐਤ ਕੀ ਪਰਮਾਤਮਾ ਨੇ ਨਹੀਂ ਦਿੱਤਾ ਤਾਂ ਅਗਲੇ ਸਾਲ ਸੀ ਬਸ ਅਗਲੇ ਡਿਪੈਂਡ ਕਰੀ ਜਾਂਦੇ ਅਗਲੇ ਅਗਲੇ ਵਾਲੇ ਅਸੀ ਗੱਲ ਦੋਸਤੋ ਪ੍ਰਾਈਡ ਪੰਜਾਬ ਟੀਵੀ ਤੇ ਤੁਹਾਡਾ ਸਾਰੇ ਦੋਸਤਾਂ ਮਿੱਤਰਾਂ ਸੱਜਣਾਂ ਦਾ ਸਵਾਗਤ ਮੈਂ ਸੰਸਾਰਦੀਪ ਅ ਦੋਸਤੋ ਪੰਜਾਬ ਦੇ ਵਿੱਚ ਜੋ ਮੁੱਖ ਧੰਦਾ ਮੁੱਖ ਇਨਕਮ ਦਾ ਸਾਧਨ ਪੰਜਾਬ ਦੇ ਲੋਕਾਂ ਦਾ ਪੁਰਾਤਨ ਸਮਿਆਂ ਤੋਂ ਮੰਨਿਆ ਜਾਂਦਾ ਉਹ ਖੇਤੀਬਾੜੀ ਨੂੰ ਮੰਨਿਆ ਜਾਂਦਾ ਹੈ ਖੇਤੀ ਨੂੰ ਪੰਜਾਬ ਦੇ ਵਿੱਚ ਇੱਕ ਧੰਦਾ ਨਹੀਂ ਇੱਕ ਰੋਜ਼ਗਾਰ ਦਾ ਸਾਧਨ ਇੱਕ ਬਹੁਤ ਆਪਣੀ ਮੁੱਖ ਸੱਭਿਆਤਾ ਦਾ ਅੰਗ ਜਿਹੜਾ ਖੇਤੀ ਨੂੰ ਮੰਨਿਆ ਜਾਂਦਾ ਹੈ ਪਰ ਜੋ ਇਨਸਾਨ ਖੇਤੀ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ ਮਿਹਨਤ ਕਰਦਾ ਉਹਦੀ ਹਮੇਸ਼ਾ ਤੋਂ ਸ਼ਿਕਾਇਤ ਰਹਿੰਦੀ ਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਕੁਝ ਬਚਦਾ ਨਹੀਂ ਕਰਦੇ ਖਰਚੇ ਨਹੀਂ ਪੂਰੇ ਹੁੰਦੇ ਜਾਂ ਹੋਰ ਗਿਲੇ ਸ਼ਿਕਵੇ ਸਰਕਾਰਾਂ ਦੇ ਨਾਲ ਕਿਸਾਨਾਂ ਦੇ ਆਪਾਂ ਆਮ ਸੁਣਨ ਨੂੰ ਮਿਲਦੇ ਆ ਸਾਡੇ ਨਾਲ ਅੱਜ ਬਾਈ ਹਰਿੰਦਰ ਸਿੰਘ ਗੋਗਾ ਮੌਜੂਦ ਨੇ ਜੋ ਇੱਕ ਮੀਡੀਅਮ ਪਰਿਵਾਰ ਦੇ ਵਿੱਚੋਂ ਨੇ ਇੱਕ ਮੱਧਵਰਗੀ ਪਰਿਵਾਰ ਦੇ ਵਿੱਚੋਂ ਨੇ ਕਿਸਾਨੀ ਪਰਿਵਾਰ ਚੋਂ ਨੇ ਤੇ ਜਿਸ ਦਾ ਕਿਸਾਨ ਦੇ ਨਾਲ 9 ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਆੜਤ ਦਾ ਕਾਰੋਬਾਰ ਵੀ ਬਈ ਉਹਨਾਂ ਦਾ ਸਰੰਦ ਸ਼ਹਿਰ ਦੇ ਵਿੱਚ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਕਿਸਾਨ ਨੂੰ ਫਸਲ ਵੱਢ ਕੇ ਵੇਚ ਕੇ ਕੀ ਬਚਤ ਹੁੰਦੀ ਕੀ ਕਿਸਾਨ ਦੀਆਂ ਸਮੱਸਿਆਵਾਂ ਨੇ ਕੀ ਕਿਉਂ ਸਰਕਾਰ ਦੇ ਨਾਲ ਇੱਕ ਕਿਸਾਨ ਨੂੰ ਇੰਨੀਆਂ ਜਿਹੜੀਆਂ ਸ਼ਿਕਾਇਤਾਂ ਹਰ ਟਾਈਮ ਰਹਿੰਦੀਆਂ ਨੇ ਆਓ ਪਹਿਲਾਂ ਵੀਰੇ ਦਾ ਸਵਾਗਤ ਕਰਾਂ। ਸਤਿ ਸ਼੍ਰੀ ਅਕਾਲ ਹਰਿੰਦਰ ਬਾਈ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਮੈਂ ਪ੍ਰਾਇਡ ਪੰਜਾਬ ਦੇ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਬਾਈ ਜੂਨੀਅਰ ਜੀ ਸਾਡੇ ਕੋਲ ਆਏ। ਜੀ। ਅ ਬਾਈ ਜਿਹੜਾ ਆਪਾਂ ਕਿਸਾਨੀ ਦੀ ਗੱਲ ਕਰੀਏ ਹੁਣ ਪਿੱਛੇ ਜੇ ਕਣਕਾਂ ਦਾ ਜਿਹੜਾ ਸੀਜ਼ਨ ਨਿਬੜ ਕੇ ਹਟਿਆ। ਤੁਸੀਂ ਆਰਤੀਏ ਵੀ ਹੋ ਇੱਕ ਕਿਸਾਨ ਵੀ ਤੁਸੀਂ ਜਾਦਾ ਨੇੜੇ ਤੋਂ ਜੁੜੇ ਹੋਏ ਹੋ। ਇੱਕ ਲਾ ਲੋ ਆਪਾਂ ਇੱਕ 1 ਕਿਲੇ ਦੇ ਲੈ ਕੇ ਕਰੀਏ ਤਾਂ ਕਿੰਨੀ ਇੱਕ ਕਣਕ ਦੀ ਪੈਦਾਵਾਰ ਜਿਹੜੀ ਇੱਕ ਕਿਲੇ ਦੇ ਵਿੱਚ ਇੱਕ ਕਿਸਾਨ ਜਿਹੜਾ ਕੱਢ ਲੁੰਦਾ ਗੱਲ ਇਸ ਤਰ੍ਹਾਂ ਵੀਰ ਜੀ ਦੇਖੋ ਜਿਹੜਾ ਜ਼ਿਮੀਂਦਾਰ ਆ ਜਿਹੜੀ ਫਸਲ ਹੁੰਦੀ ਹੈ ਇੱਕ ਤਰ੍ਹਾਂ ਛੱਠੇ ਵਾਲੀ ਕੰਮ ਹੁੰਦਾ ਉਹ ਤਾਂ ਵਿਚਾਰਿਆ ਦਾ ਹੂੰ ਕਿਉਂਕਿ ਜਿੰਨਾ ਚਿਰ ਆਪਾਂ ਜਦੋਂ ਫਸਲ ਹੋਉਂਦੀ ਹੈ ਜ਼ਿਮੀਂਦਾਰ ਖੁਸ਼ ਹੁੰਦਾ ਜਦੋਂ ਫਸਲ ਵਾਧੀ ਹੁੰਦੀ ਹੈ ਉੱਪਰੋਂ ਹੂੰ ਤੇ ਉਹਨੂੰ ਇਹ ਹੁੰਦਾ ਵੀ ਇਹਦਾ ਝਾੜ ਐਤਕੀ ਵਧੀਆ ਨਿਕਲੂਗਾ ਵਧੀਆ ਨਿਕਲੂਗਾ ਹਾਂਜੀ ਕਈ ਵਾਰੀ ਕੀ ਹੋ ਜਾਂਦਾ ਵੀ ਐਟ ਅ ਟਾਈਮ ਆ ਕੇ ਕੁਦਰਤ ਵੱਲੋਂ ਕੁਦਰਤੀ ਮਾਰ ਪੈ ਜਾਂਦੀ ਹੈ ਹੁਣ ਜਿਵੇਂ ਪਿੱਛੇ ਜੀ ਕੀ ਹੋਇਆ ਹੈਗਾ ਮਤਲਬ ਕਿ ਕਣਕ ਪੱਕੀ ਹੋਈ ਸੀਗੀ ਤਕਰੀਬਨ ਪੱਕਣ ਦੇ ਨੇੜੇ ਸੀਗੀ ਜਾਂ ਪੱਕੀ ਹੋਈ ਸੀਗੀ ਹਾਂਜੀ ਤੇ ਇੱਕਦਮ ਹਨੇਰੀ ਆਈ ਜੋ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ ਬਾਕੀ ਦਾ ਮੈਨੂੰ ਪਤਾ ਨਹੀਂ ਤੇ ਉਹਨਾਂ ਨੇ ਜਿਹੜੇ ਜੜਾਂ ਸੀਗੀਆਂ ਉਹ ਹਿੱਲ ਗਈਆਂ ਮਤਲਬ ਤੇ ਜੜਾਂ ਹਿੱਲਣ ਕਰਕੇ ਜਿਹੜੀ ਉਹ ਦਾਣੇ ਦੇ ਵਿੱਚ 10-15 ਦਿਨ ਜਿਹੜੀ ਹੋਰ ਉਹਨੇ ਟਾਈਮ ਲੈਣਾ ਸੀਗਾ ਉਹਦੀ ਗਰੋਥ ਨਹੀਂ ਹੋਈ ਹੂੰ ਤੇ ਨੇਚਰਲੀ ਉਹਦੇ ਕਰਕੇ ਫਿਰ ਜਿਹੜਾ ਉਹਨਾਂ ਦਾ ਵਿਚਾਰਾ ਦਾ ਉਮੀਦ ਝਾੜ ਉਹ ਘਟ ਗਿਆ ਤੇ ਨੇਚਰਲੀ ਐਤਕੀ ਜਿਹੜਾ ਝਾੜ ਰਿਹਾ ਮਿਨੀਮਮ 12 ਕੁਇੰਟਲ ਤੋਂ ਲੈ ਕੇ ਮੈਕਸਿਮਮ 18 ਕੁਇੰਟਲ ਤੱਕ ਹੀ ਗਿਆ ਮੈਕਸਿਮਮ 18 ਇੱਕ ਇੱਕ ਕੀਲੇ ਦਾ ਮਤਲਬ 18 ਕੁਇੰਟਲ ਦਾ ਜਿਹੜਾ ਝਾੜ ਹਾਂ ਜਿਹੜਾ ਆਪਾਂ ਨਾਰਮਲ ਜ਼ਿਮੀਂਦਾਰ ਕੋਈ ਉ ਵੈਸੇ ਕਹਾ ਕਹੀ ਜਾਵੇ ਤਾਂ ਪਤਾ ਨਹੀਂ ਅਗਰ ਵਾਹ ਜੋ ਮੇਰੀ ਜ਼ਿਮੀਂਦਾਰਾਂ ਨਾਲ ਜਿੰਨੇ ਵੀ ਨਾਲ ਮੈਂ ਮਿਲਦਾ ਗਿਲ ਤਾਂ ਤੇ ਜਿੰਨਾ ਮੈਂ ਸਰਵੇ ਕਰਿਆ ਵੀ 12 ਕੁਇੰਟਲ ਤੋਂ ਲੈ ਕੇ 18 ਕੁਇੰਟਲ ਤੱਕ ਨਿਕਲਿਆ ਇਦੇ ਵਿੱਚ ਵੀ ਹੁਣ ਜਦ ਮੈਂ ਤੁਸੀਂ ਕਹਿਣਾ ਉਹਦਾ ਕੀ ਰੋਲ ਆ ਮਤਲਬ ਕਿੰਨਾ ਖਰਚਾ ਆ ਜਾਂਦਾ ਕੀ ਹੋ ਜਾਂਦਾ ਇਹਦੇ ਵਿੱਚ ਹੁਣ ਦੋ ਕੈਟੇਗਰੀਆਂ ਆ ਜਾਂਦੀਆਂ ਇੱਕ ਤਾਂ ਜਿਹਦੀ ਆਪਣੀ ਜ਼ਮੀਨ ਆ ਉਹ ਆ ਜਾਂਦੀ ਆ ਇੱਕ ਜਿਹੜੇ ਠੇਕੇ ਤੇ ਲੰਦੇ ਆ ਉਹ ਆ ਜੰਦੇ ਆ ਤੇ ਖਾਸ ਕਰਕੇ ਹੁਣ ਮੈਂ ਆੜਤੀ ਹੋਂ ਦੇ ਨਾਤੇ ਇਹ ਗੱਲ ਜ਼ਰੂਰ ਕਹੂੰਗਾ ਕਿ ਜਿਹੜੇ ਸਾਡੇ ਵੀਰ ਠੇਕੇ ਤੇ ਜ਼ਮੀਨਾਂ ਲੰਦੇ ਆ ਜਾਂ ਜਿਹੜੇ ਦੰਨਿਆ ਖੁਦ ਮੈਂ ਆਪਣੀ ਜ਼ਮੀਨ ਵੀ ਠੇਕੇ ਤੇ ਦੰਨਾ ਮੈਂ ਜ਼ਿਮੀਂਦਾਰ ਦੇ ਵਿਚਾਰੇ ਦੇ ਹਾਲਾਤ ਮੈਨੂੰ ਪਤਾ ਜਿਹੜੇ ਆ ਖੁਦ ਮਿਹਨਤ ਕਰਦੇ ਆ ਕੋਈ ਨੌਕਰ ਨਹੀਂ ਰੱਖਿਆ ਹੋਇਆ ਉਹ ਵਿਚਾਰੇ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਨੌਕਰ ਦੀ ਦਿਹਾੜੀ ਆ ਵੀ ਇਹ ਸਾਡੇ ਪੱਲੇ ਉਹ ਵੀ ਪੈ ਜਾਵੇ ਨਾ ਅਸੀਂ ਰੱਬ ਦਾ ਸ਼ੁਕਰਗੁਜ਼ਾਰ ਕਰਾਂਗੇ ਕਣਕ ਦਾ ਆਪਾਂ ਗੱਲ ਕਰੀਏ ਕੱਲੀ ਦੀ ਕਿਉਂਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਸ਼ੁਰੂਆਤ ਕਿੱਥੋਂ ਹੁੰਦੀ ਕਿੰਨੇ ਖਰਚੇ ਤੋਂ ਜੇ ਇੱਕ ਮੀਡੀਅਮ ਜ਼ਿਮੀਦਾਰ ਨੇ ਕਣਕ ਦਾ ਜਿਹੜੀ ਖੇਤੀ ਕਰਨੀ ਆ ਹਾਂਜੀ ਬਾਈ ਜੀ ਜਿਵੇਂ ਫਰਜ਼ ਕਰ ਜੇ ਆਪਾਂ ਕੁਝ ਮਤਲਬ ਟਰੈਕਟਰ ਨਾਲ ਆਪਾਂ ਜੇ ਆਪਾਂ ਆਪਣੇ ਆਸੰਦ ਹੈਗਾ ਬੰਦੇ ਕੋਲ ਕਈ ਕਈ ਜਿਹੜੇ ਛੋਟੇ ਜ਼ਿਮੀਦਾਰਾਂ ਚਕਾ ਸਮਝਦਾਰ ਵੀ ਹੈਗੇ ਨੇ ਸਾਡੇ ਕੋਲ ਆਉਂਦੇ ਨੇ ਉਹ ਕਹਿੰਦੇ ਵੀ ਸਾਡੇ ਕੋਲ 5 ਏਕੜ ਜ਼ਮੀਨ ਆ ਸਾਨੂੰ ਟਰੈਕਟਰ ਦੀ ਲੋੜ ਨਹੀਂ ਵੈਸੇ ਉਹਨਾਂ ਨੂੰ ਲੋੜ ਵੀ ਨਹੀਂ ਹੈਗੀ ਹਾਂ ਲੋੜ ਵੀ ਨਹੀਂ ਹੈ ਸ਼ਾਇਦ ਹਾਂ ਕਈ ਵਾਰੀ ਕੀ ਹੁੰਦਾ ਬੰਦੇ ਕੋਲ ਜ਼ਮੀਨ ਘਾਟਾ ਤੇ ਖਰਚਾ ਸੰਦਾ ਉੱਤੇ ਪੂਰਾ ਕਰੀ ਬੈਠਾ ਕਿਉਂਕ ਕਉਕੀ ਉਹਨੇ 6 ਮਹੀਨੇ ਬਾਅਦ ਹੀ ਯੂਜ਼ ਕਰਦਾ ਜਿਹੜਾ ਕਣਕ ਜੀਰੀ ਲਾਉਂਦਾ ਠੀਕ ਹੈ ਮੋਸਟਲੀ ਆਪਣੇ ਇਹ ਦੋ ਫਸਲਾਂ ਪਾਪੂਲਰ ਨੇ ਕਿਉਂਕਿ ਇਹਨਾਂ ਦੇ ਐਮਐਸਪੀ ਲਾਗੂ ਆ ਸਰਕਾਰ ਨੂੰ ਹਰ ਇੱਕ ਜ਼ਿਮੀਂਦਾਰ ਕਹਿੰਦਾ ਵੀ ਸਾਨੂੰ ਐਮਐਸਪੀ ਦੇ ਦਿਓ ਜਿਹੜੀ ਤੁਸੀਂ ਫਸਲ ਕਹੋਗੇ ਉਸ ਤੋਂ ਉਹ ਲਾ ਦਾਂਗੇ ਉਹ ਲਾ ਦਾਂਗੇ ਉਹਦੇ ਕਰਕੇ ਦੋ ਕਿਸਾਨ ਨੂੰ ਤਾਂ ਬਸ ਇਹ ਗੱਲ ਆ ਨਾ ਕਿ ਕਿਸਾਨ ਨੂੰ ਮਤਲਬ ਜਿਵੇਂ ਇੱਕ ਪੈਸਾ ਚਾਹੀਦਾ ਆਪਣੀ ਫਸਲ ਦਾ ਮੁੱਲ ਚਾਹੇ ਨੁਕਸਾਨ ਉਹਨੂੰ ਜਿੰਨਾ ਮਰਜ਼ੀ ਹੋਵੇ ਧਰਤੀ ਦਾ ਰੇਹ ਵਗੈਰਾ ਵੀ ਪਾਉਂਦੇ ਨੇ ਉਹ ਤੇ ਨੁਕਸਾਨ ਜਿੰਨਾ ਮਰਜ਼ੀ ਹੋਵੇ ਬਸ ਇਹ ਆ ਕਿ ਸਾਨੂੰ ਪੈਸਾ ਦੇ हां जी हां देखो देखो 6 ਮਹੀਨੇ ਦੇਖੋ ਇੱਕ ਇੱਕ ਕਿਸਾਨ ਆ ਇਹ じゃ ਇੱਕ ਬੰਦਾ ਇਨਸਾਨ ਆ ਵੀ ਜਿਨੇ ਵਿਚਾਰੇ ਨੇ 6 ਮਹੀਨੇ ਮਿਹਨਤ ਕਰਨੇ 6 ਮਹੀਨੇ ਬਾਅਦ ਪੈਸੇ ਮਿਲਣ ਲੈ ਦੇਖੋ ਕਿੱਡੀ ਵੱਡੀ ਗੱਲ ਆ 6 ਮਹੀਨੇ ਉਹ ਸਾਡੇ ਉੱਤੇ ਡਿਪੈਂਡ ਨੇ ਚਲੋ ਕੁਝ ਮਨ ਲਗਾ 90% ਸਾਡੇ ਉੱਤੇ ਡਿਪੈਂਡ ਨੇ 10% ਜ਼ਿੰਮੇਵਾਰ ਹੋਣਗੇ ਜਿਹੜੇ ਕੋਈ ਮਣੇ ਮੁੱਟੇ ਆਪਣੇ ਆਪ ਚਲਾਉਂਦੇ ਨੇ ਹਾਂ ਅਗਰ ਵੀ ਇਹ ਉਹਨਾਂ ਨੂੰ ਉਹ ਵੀ ਉਹ ਵੀ ਮਜਬੂਰ ਨੇ ਕੁਕੀ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਪੈਸੇ ਦੀ ਕੀ ਵੈਲਿਊ ਰਹਿ ਗਈ ਆ ਹਰ ਇੱਕ ਚੀਜ਼ ਪੈਸੇ ਨਾਲੇ ਹੋਣ ਲੱਗ ਗਈ ਆ ਪਰ ਫਿਰ ਵੀ ਕਿਤੇ ਨਾ ਕਿਤੇ ਹੁਣ ਬਹੁਤ ਸੁਧਾਰ ਹੋ ਚੁੱਕਿਆ ਤੇ ਦੂਜੀ ਗੱਲ ਤੁਸੀਂ ਕਰਦੇ ਵੀ ਕਣਕ ਉੱਤੇ ਕਿੰਨਾ ਖਰਚ ਆਉਂਦਾ ਜੇ ਬਾਈ ਆਪਾਂ ਲਈਏ ਘੱਟੋ-ਘੱਟ 40 ਕਿਲੋ ਦਾ ਵੀਰੇ ਕਣਕ ਪੈ ਜਾਂਦੀ ਆ ਮਤਲਬ 1 ਕਿੱਲੇ ਦੇ ਵਿੱਚ ਬੀਜ ਦੀ ਬੀਜ ਦੀ 1 ਕਿੱਲੇ ਦੇ ਵਿੱਚ 40 ਕਿਲੋ ਜੋ ਜਿਹੜਾ ਵੀ ਤੁਸੀਂ ਬੀਜ ਲਾਉਂਗੇ ਜੇ ਆਪਾਂ ਥੈਲੀ ਵਾਲਾ ਵੀ ਲੈਨੇ ਆ ਉਹ ਮੋਸਟਲੀ ਘੱਟੋ-ਘੱਟ ਉਹ ਜਿਹੜਾ ਥੈਲੀ ਵਾਲਾ ਬੀਜ ਆ ਉਹ 50 ਰੁਪਏ ਤੋਂ ਰੁਪਏ ਕਿਲੋ ਦਾ ਆਮ ਮਿਲ ਜਾਉ 50 ਰੁ 40 ਕਿਲੋ ਦਾ ਆਪਾਂ ਹਿਸਾਬ ਲਾਈਏ ਤਾਂ ਹਾਂ ਵੈਸੇ ਇਹੜੇ ਵਧੀਆ ਜ਼ਿਮੀਂਦਾਰ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਕਣਕ ਤਾਂ ਉਹੀ ਸੋਧੀ ਹੁੰਦੀ ਆ ਉਹ ਫਿਰ ਆਪਣਾ ਬੀਜ ਘਰੇ ਹੀ ਰੱਖ ਲੈਂਦੇ ਆ ਕਰ ਲੈਂਦੇ ਆ ਉਹਦੇ ਵਿੱਚ ਕੀ ਹੁੰਦਾ ਉਹ ਨਾ ਉਹ ਥੋੜਾ ਜਿਹਾ ਨਾ ਜਿਹੜੀਆਂ ਜਦੋਂ ਉਹ ਕਣਕ ਹੁੰਦੀ ਆ ਨਾ ਉਹ ਥੋੜੇ ਜਿਹੜੇ ਉੱਪਰ ਵਾਲੀਆਂ ਬੱਲਾਂ ਉਹ ਦਾਤੀ ਨੂੰ ਵੱਢ ਲੈਂਦੇ ਆ ਉਹ ਉਹਨਾਂ ਦੇ ਬੀਜ ਵਾਸਤੇ ਉਹ ਫਿਰ ਜਿਹੜੀ ਉੱਪਰੋਂ ਵੱਡੀ ਹੁੰਦਾ ਉਹਦੇ ਵਿੱਚ ਨਦੀਨ ਜਿਹੜੇ ਨਾ ਆਪਾਂ ਨਦੀਨ ਕਹਿੰਦੇ ਆ ਜਿਹੜੇ ਖੱਬਲ ਕਹਿੰਦੇ ਨੇ ਜਿਨ੍ਹਾਂ ਨੂੰ ਹਾਂ ਉਹ ਚੀਜ਼ਾਂ ਹੋਰ ਉਹਦੇ ਵਿੱਚ ਆਉਂਦੀ ਨਹੀਂ ਉਹਨਾਂ ਦੇ ਬੀਜ ਵੱਢ ਕੇ ਆੱਡਾ ਬਣਾਉਂ ਕੱਢ ਕੇ ਜਿਹ ਬਦੂ ਕਸਾਨ ਜੀ ਨੂੰ ਆਪਾਂ ਕਹਿੰਦੇ ਆ ਕਿ ਵਧੀਆ ਸੋਚ ਨਾਲ ਖੇਤੀ ਕਰਦੇ ਨੇ ਜੀ ਮਤਲਬ ਉਹ ਬੀਜ ਫਿਰ ਉਹਨਾਂ ਕੇ ਜਿੰਨਾ ਕੇ ਉਹਨਾਂ ਦੀ ਜ਼ਮੀਨ ਆ ਉਹ ਹਿਸਾਬ ਨਾਲ ਉਹਨਾਂ ਕ ਵੱਢ ਕੇ ਉਹ ਆਪਣਾ ਤਿਆਰ ਕਰ ਲੈਂਦੇ ਆ ਤੇ ਉਹਦੇ ਬਾਅਦ ਫਿਰ ਉਹ ਬੀਜ ਦੇ ਨੇ ਜਿੰਨਾ ਕੇ ਤੇਲ ਦਾ ਖਰਚਾ ਆਉਂਦਾ ਮੋਸਟਲੀ ਕੀਲੇ ਦੇ ਵਿੱਚ ਉਹ ਉਹ ਆਉਂਦਾ ਖਰਚਾ ਇੱਕ ਪਲੱਸ ਜਿਹੜਾ ਰੇ ਪੈਂਦਾ ਡਾਇ ਪੈਂਦਾ ਉਹਦਾ ਆਉਂਦਾ ਤੇ ਕਣਕ ਉੱਤੇ ਜਿਰੀ ਨਾਲੋਂ ਕੋਈ ਜ਼ਿਆਦਾ ਇੰਨਾ ਨਹੀਂ ਆਉਂਦਾ ਬਾਕੀ ਤਾਂ ਫਿਰ ਪਾਣੀ ਆ 2-4 ਜਿਹੜੇ ਦਿਨ ਦਿੰਨੇ ਆ ਆਪਾਂ ਉਹਦਾ ਖਰਚਾ ਆਉਂਦਾ ਬਸ ਆਹੀ ਐਂਡ 'ਚ ਮਾਰ ਪੈਂਦੀ ਵੀ ਜਦੋਂ ਕਣਕ ਹੋ ਜਾਂਦੀ ਆ ਵੀ ਜਿਹੜਾ ਹਾ ਇੱਕ ਤਾਂ ਹੁਣ ਜਿਵੇਂ ਜ਼ਿਮੀਦਾਰ ਨੂੰ ਪੁੱਛ ਰਿਹਾ ਸੀ ਪਕਾ ਕੇ ਲਿਆਇਓ ਕਿਉਂਕਿ ਕਣਕ ਵਾਲੇ ਦਿਨਾਂ ਦੇ ਵਿੱਚ ਇੱਕ ਚੀਜ਼ ਦਾ ਬਹੁਤ ਡਰ ਰਹਿੰਦਾ ਜੋ ਸਾਨੂੰ ਵੀ ਰਹਿੰਦਾ ਜ਼ਿਮੀਦਾਰ ਨੂੰ ਵੀ ਰਹਿੰਦਾ ਅੱਗ ਲੱਗਣ ਦਾ ਬਹੁਤ ਡਰ ਰਹਿੰਦਾ ਤੁਸੀਂ ਭਾਈ ਜੀ ਹਰ ਵਾਰੀ ਕੋਈ ਨਾ ਕੋਈ ਇਹ ਇਹ ਜੀ ਕੋਈ ਘਟਨਾ ਦੇਖਦੇ ਹੋਗੇ ਵੀ ਫਲਾਣੀ ਜਗ੍ਹਾ ਕਿਉਂਕਿ ਕਿਉਂਕਿ ਜ਼ਿਮੀਦਾਰ ਕਹਿੰਦਾ ਜੇ ਮੈਂ ਥੋੜੀ-ਮੋਟੀ ਨਾਰਮ ਵੀ ਵੱਢ ਲੂੰਗਾ ਤਾਂ ਘੱਟੋ-ਘੱਟ ਮੈਨੂੰ ਇਹ ਤਾਂ ਹੋਊਗਾ ਮੇਰੇ 2 ਦਿਨ ਜੀ ਉੱਥੇ ਲੱਗ ਵੀ ਗਏ ਨੇ ਤਾਂ ਮੇਰੀ ਫਸਲ ਤਾਂ ਮੰਡੀ 'ਚ ਪਈ ਆ ਇੱਕ ਜਦੋਂ ਹੁਣ ਖਰਚਾ ਤੁਸੀਂ ਨੇ ਦੱਸਿਆ ਕਿ ਚਲੋ ਹਨਾ ਜਿੰਨਾ ਕ ਆਉਂਦਾ ਹੈ ਹੁਣ ਲੇਬਰ ਦਾ ਖਰਚ ਆਪਾਂ ਗੱਲ ਕਰੀਏ ਕਿਉਂਕਿ ਮੋਸਟਲੀ ਜਿਹੜੇ ਆਪਣੇ ਪਰਿਵਾਰ ਨੇ ਇਕੱਲਾ ਇਕੱਲਾ ਬੰਦਾ ਖੇਤੀ ਕਰਦਾ ਕੋਈ ਐਡੇ ਅੱਜ ਦੇ ਟਾਈਮ ਦੇ ਵਿੱਚ ਖਾਸ ਤੌਰ ਤੇ ਐਡੇ ਕੋਈ ਜੁਆਇੰਟ ਫੈਮਿਲੀਜ਼ ਨਹੀਂ ਹੈਗੀਆਂ ਕਿ ਚਲੋ ਚਾਰ ਬੰਦੇ ਨੇ ਆਪਣਾ ਖੇਤੀ ਕਰਦੇ ਨੇ ਨੌਕਰ ਉਹਨਾਂ ਨੇ ਰੱਖਿਆ ਹੁੰਦਾ ਨੌਕਰ ਰੱਖਣਾ ਛੋਟੇ ਜ਼ਿਮੀਂਦਾਰ ਨੂੰ ਕਿਉਂ ਜ਼ਰੂਰੀ ਹੈ ਕਿਉਂਕਿ ਜੇ ਉਹ ਆਪ ਕੰਮ ਕਰਨ ਤਾਂ ਤਾਂ ਨੌਕਰ ਦਾ ਖਰਚਾ ਵੀ ਉਹ ਬਚਾ ਸਕਦੇ ਨੇ ਉਹ ਹਾਂ ਬਾਈ ਜੀ ਗੱਲ ਐਵੇਂ ਗੱਲ ਹੁਣ ਮੋਸਟਲੀ ਜੋ ਨਾ ਜਿਹੜੀਆਂ ਆਪਣੇ ਜਿਹੜੀਆਂ ਹੁਣੇ ਫਸਲਾਂ ਹੁੰਦੀਆਂ ਨੇ ਸਾਰੀਆਂ ਪ੍ਰੈਸਟੀਲਾਈਜ਼ ਜਿਹੜੀਆਂ ਆਪਾਂ ਦਵਾਈਆਂ ਯੂਜ਼ ਕਰਦੇ ਆਂ ਦੇਖੋ ਤੁਸੀਂ ਵੀ ਹੁਣ ਆਪਾਂ ਨਾਰਮਲੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਣੇ ਬਜ਼ੁਰਗ ਹੁੰਦੇ ਤੇ ਉਹ ਘਰ ਦੀਆਂ ਖਰਾਕਾਂ ਖਾਂਦੇ ਸੀਗੇ ਘਰ ਦਾ ਘੀ ਹੁੰਦਾ ਦਾ ਠੀਕ ਆ ਘਰ ਦਾ ਦੁੱਧ ਹੁੰਦਾ ਦਾ ਮਤਲਬ ਜਿਹੜੀ ਆਪਾਂ ਪਸ਼ੂਆਂ ਨੂੰ ਵੀ ਚੀਜ਼ ਪਾਉਂਦੇ ਸੀਗੇ ਉਹਨਾਂ ਵਿੱਚ ਵੀ ਸਪਰੇ ਨਹੀਂ ਹੁੰਦੀ ਸੀ ਸਪਰੇ ਨਹੀਂ ਹੁੰਦੀ ਸੀ ਤੇ ਇਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਜਾ ਕੇ ਜਦੋਂ ਇਹ ਚੀਜ਼ ਹੌਲੀ ਇਹ ਦੇਖੋ ਕੋਈ ਵੀ ਚੀਜ਼ ਬਿਮਾਰੀ ਜਦੋਂ ਬੰਦੇ ਨੂੰ ਲੱਗਦੀ ਹੈ ਨਾ ਇੱਕਦਮ ਨਹੀਂ ਲੱਗਦੀ ਹੈਗੀ ਉਹ ਹੌਲੀ-ਹੌਲੀ ਅਸਰ ਕਰਦੀ ਆ ਹੁਣ ਉਹ ਚੀਜ਼ਾਂ ਨੇ ਸਾਡੇ ਸਰੀਰ ਦੇ ਉੱਤੇ ਅਸਰ ਕਰਤਾ ਮਤਲਬ ਜਿਹੜੇ ਸਾਡੇ ਹੁਣ ਜ਼ਿਮੀਂਦਾਰ ਭਰਾ ਨੇ ਉਹਨਾਂ ਦੇ ਸਰੀਰ ਦੇ ਵਿੱਚੋਂ ਜਾਨ ਹੀ ਨਹੀਂ ਰਹੀ ਹੈਗੀ ਦੂਜੀ ਗੱਲ ਹੁਣ ਤੁਸੀਂ ਗੱਲ ਕਰਦੇ ਵੀ ਨੌਕਰ ਦੀ ਲੋੜ ਆ ਹੁਣ ਜਿਵੇਂ ਕਈ ਜ਼ਿਮੀਂਦਾਰਾਂ ਨੇ ਮੈਂ ਵਧੀਆ ਕਹੂੰਗਾ ਵੀ ਜੇ ਨੌਕਰ ਰੱਖਣਾ ਵੀ ਉਹਨਾਂ ਨੇ ਨਾਲ ਕੋਈ ਮਤਲਬ ਸਾਈਡ ਬਿਜ਼ਨਸ ਜਿਵੇਂ ਆਪਾਂ ਦੁੱਧ ਦਾ ਕਹਿ ਲਈਏ ਕਈ ਜੀਮੀਂਦਾਰ ਸਾਨੂੰ ਦੱਸ ਦਿੰਦੇ ਆ ਕਿ ਵੀ ਅਸੀਂ ਦੁੱਧ ਦੇ ਸਿਰ ਦੇ ਉੱਤੇ ਉਹਦਾ ਜਿਹੜਾ ਨੌਕਰ ਹੁੰਦਾ ਜਿਹੜਾ ਸਰੀਰ ਰੱਖਿਆ ਹੁੰਦਾ ਵਿੱਚ ਤਾਂ ਆਪਾਂ ਉਹਨੂੰ ਘਰ ਦੇ ਵਿੱਚ ਜੀਉਂਉਂ ਗਏ ਨੇ ਅੱਗੇ ਹਾਂ ਕਿਉਂਕਿ ਇੱਕ ਭਾਂਡੇ ਦੇ ਜੋ ਵੀ ਵਿਚਾਰਾ ਖਾਂਦਾ ਸੀ ਉਹਨੂੰ ਆਪਣੇ ਘਰ ਦਾ ਜੀਉਂਉਂ ਗਏ ਸੀਗੇ ਤੇ ਵੀ ਉਹ ਫਿਰ ਜਿਹੜਾ ਦੁੱਧ ਦੇ ਸਿਰ ਦੇ ਉੱਤੇ ਆ ਉਹ ਖਰਚਾ ਉਹਨਾਂ ਦਾ ਮਤਲਬ ਉਹ ਕੱਢ ਲੈਂਦੇ ਸੀਗੇ ਹੁਣ ਉਹ ਕਹਿੰਦੇ ਕੀ ਕਹਿੰਦੇ ਵੀ ਨਾਲੇ ਤਾਂ ਸਾਨੂੰ ਦੁੱਧ ਮਿਲ ਗਿਆ ਘਰ ਨੂੰ ਪੀਣ ਨੂੰ ਨਾਲੇ ਸਾਡਾ ਜਿਹੜਾ ਆਪਣਾ ਸਰੀਰ ਰੱਖਿਆ ਹੋਇਆ ਖਰਚਾ ਨਿਕਲ ਗਿਆ ਵੀ ਮਤਲਬ ਜਿਹੜਾ ਇਕੱਲਾ ਫਸਲ ਕਰਦਾ ਮਤਲਬ ਖੇਤੀਉਂ ਕਰਦਾ ਸਰੀਰ ਦੇ ਸਿਰ ਤੇ ਵੀ ਉਹ ਉਹ ਨਹੀਂ ਮੇਰੇ ਹਿਸਾਬ ਨਾਲ 12 ਖਾਂਦੀ ਹੈ ਜਿਹੜਾ ਛੋਟਾ ਜ਼ਿਮੀਂਦਾਰ ਆ ਉਹਨੂੰ ਨਾਲ ਜੇ ਸਹਾਇਕ ਧੰਦਾ ਜਿਵੇਂ ਨਾਲ ਇਹ ਆਪਣਾ ਦੁੱਧ ਦਾ ਕਰ ਲੈਂਦਾ ਹੋ ਤਾਂ ਮੇਰੇ ਹਿਸਾਬ ਨਾਲ ਫੇਰ ਉਹਨੂੰ ਚਲੋ 12 ਖਾ ਜਾਂਦਾ ਮਤਲਬ ਜੇ ਕੱਲਾ ਇੱਕ ਛੋਟੇ ਜ਼ਿਮੀਂਦਾਰ ਦੀ ਆਪਾਂ ਗੱਲ ਕਰੀਏ ਕੱਲੀ ਖੇਤੀ ਦੇ ਸਿਰ ਤੇ ਜ਼ਿਮੀਂਦਾਰ ਕਾਮਯਾਬ ਨਹੀਂ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਸਹਾਇਕ ਧੰਦੇ ਹੁਣ ਬਾਈ ਸਹਾਇਕ ਧੰਦੇ ਦੀ ਆਪਾਂ ਗੱਲ ਕਰੀਏ ਸਹਾਇਕ ਧੰਦੇ ਵਾਸਤੇ ਚਾਹੀਦਾ ਪੈਸਾ ਹਾਂਜੀ ਹੈਨਾ ਕੋਈ ਵੀ ਆਪਾਂ ਨੇ ਬਿਜ਼ਨਸ ਸ਼ੁਰੂ ਕਰਨਾ ਉਹਦੇ ਵਾਸਤੇ ਪੈਸਾ ਚਾਹੀਦਾ ਜ਼ਮੀਦਾਰ ਤਾਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਆਪਾਂ ਪਹਿਲਾਂ ਗੱਲ ਕੀਤੀ ਕਿ ਜ਼ਮੀਦਾਰ ਤਾਂ ਪਹਿਲਾਂ ਹੀ ਮਰ ਰਿਹਾ ਹੈ ਪਹਿਲਾਂ ਹੀ ਖੁਦ ਖੁਸ਼ੀਆਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਕਿੰਨੀਆਂ ਵਧ ਗਈਆਂ ਨੇ ਕਿੰਨਾ ਇੱਕ ਕਹਿ ਲੋ ਕਿ ਪੈਸਾ ਨਹੀਂ ਹੈ ਲੋਕਾਂ ਕੋਲ ਅੱਗ ਲੱਗੀ ਕਿਸੇ ਫਸਲ ਨੂੰ ਕਿਤੇ ਗੜੇ ਮਾਰੀ ਹੋਗੀ ਬੇਵਕਤੀ ਬਰਸਾਤ ਹੋਗੀ ਬੇਮੌਸਮੀ ਬਰਸਾਤ ਹੋਗੀ ਫਿਰ ਇੰਨੀਆਂ ਮਾਰਾਂ ਮਾਰ ਕੇ ਜ਼ਮੀਦਾਰ ਕਿਸਦਾ ਸਹਾਇਕ ਧੰਦੇ ਬਾਰੇ ਸੋਚ ਲੂਗਾ ਕੁਝ हां मैं भाई जी ਗੱਲ ਤੁਹਾਡੀ ਬਹੁਤ ਵਧੀਆ ਸਵਾਲ ਆ ਇਹ ਮੈਂ ਨਾ ਹੈ ਜੀਮੀਦਾਰਾਂ ਨੂੰ ਐਕਸੈਸ ਸਮਝਾਉਣਾ ਰਹਿਣਾ ਉਹਨਾਂ ਸਾਡੇ ਕੋਲ ਨਾ ਜਿਹੜੇ ਕਿਸਾਨ ਨੇ ਉਹ ਕੱਲੇ ਜੱਟ ਨਹੀਂ ਹੈਗਾ ਆਪਾਂ ਇੱਕ ਜੱਟ ਵੀ ਕਹਿ ਦਿੰਦੇ ਨਾ ਸ਼ਬਦ ਸਾਡੇ ਕੋਲ ਐਸਸੀਬੀਸੀ ਵੀ ਉਹ ਨੇ ਹਾਂ ਕਿਸਾਨ ਨੇ ਕਿਸਾਨ ਦੇ ਵਿੱਚ ਸਾਰੀ ਕੈਟਾਗਰੀਆਂ ਆ ਗਈਆਂ ਤੁਸੀਂ ਮੰਨੋਗੇ ਵੀ ਉਹਨਾਂ ਦੀ ਆਪਣੀ ਜ਼ਮੀਨ ਵੀ ਨਹੀਂ ਹੈਗੀ ਹੂੰ ਮਤਲਬ ਉਹ ਬੰਦਾ ਜਿਹਦੀਆ ਚਲੋ ਆਪਾਂ ਨਾਂ ਨਹੀਂ ਲੰਦੇ ਉਹਨੇ ਘੱਟੋ ਘੱਟ 20 ਕਿਲੇ ਠੇਕੇ ਦੇ ਲੱਤੇ ਹੋਏ ਨੇ ਹੂੰ ਤੇ ਉਹਨੇ ਮਹਸਾ ਵੀ ਰੱਖੀ ਹੋਈਆਂ ਡੰਗਰ ਵੀ ਰੱਖੇ ਹੋਏ ਨੇ ਹੂੰ ਤੇ ਉਹ ਬੇਟਾ ਨਾਲ ਲੱਗਦਾ ਮੈਂ ਸਮਝ ਗਿਆ ਠੀਕ ਹੈ ਨਾ ਗੱਲ ਤੇ ਹਾਂ ਉਹਦਾ ਬੇਟਾ ਵੀ ਨਾਲ ਲੱਗਦਾ ਤੇ ਉਹ ਗੋਹਾ ਵੇਅਬ ਚੱਕਦੇ ਨੇ ਮੈਂ ਸਮਝਾ ਠੀਕ ਨਹੀਂ ਗੱਲ ਤੇ ਉਹ ਖੇਤੀ ਵੀ ਕਰਦੇ ਨੇ ਤੁਸੀਂ ਬਾਈ ਜੀ ਮੰਨੋਗੇ ਨਹੀਂ ਕਦੇ ਉਹਨਾਂ ਨੇ ਠੇਕੇ ਵਾਸਤੇ ਵੀ ਮੇਰੇ ਤੋਂ ਪੈਸੇ ਨਹੀਂ ਲੱਤੇਗੇ ਉਹਨਾਂ ਜਿਹੜੇ ਬਜ਼ੁਰਗ ਐ ਨਹੀਂ ਵਧੀਆ ਉਹਨੂੰ ਸਿੱਖਿਆ ਦੇ ਗਏ ਨੇ ਤੇ ਜਦੋਂ ਉਹ ਪੈਸੇ ਸਭ ਤੋਂ ਐਂਡ ਦੇ ਵਿੱਚ ਮੇਰੇ ਨਾਲ ਹਿਸਾਬ ਕਰਨ ਆਉਂਦਾ ਨਾਲ ਉਹ ਜ਼ਿੰਮੇਵਾਰ ਨਹੀਂ ਹੈਗਾ ਬਾਈ ਜੀ ਹੁਣ ਮੇਰਾ ਹੁਣ ਥੋੜਾ ਇਹ ਇਹ ਜਿਹੜੀ ਧਾਰਨਾ ਦਿੱਤੀ ਇਹਦਾ ਰੀਜ਼ਨ ਕਾਰਨ ਇਹ ਆ ਵੀ ਆਪਣੇ ਜ਼ਿੰਮੇਵਾਰ 50% ਕੁਦਰਤ ਤੇ ਤੇ ਡਿਪੈਂਡ ਆ ਆਪਣਾ 50% ਆਪ ਨੂੰ ਆਪ ਸੁਧਰਨਾ ਪੈਣਾ ਦੇਖੋ ਜ਼ਿਮੀਦਾਰਾਂ ਜਿਵੇਂ ਵਿੱਚ ਗਲਤੀਆਂ ਹੈਗੀਆਂ 50% ਤੇ 50% ਕੁਦਰਤ ਉੱਤੇ ਵੀ ਆਪਾਂ ਡਿਪੈਂਡ ਹੈਗੇ ਆ ਠੀਕ ਆ ਉਹ ਹੁਣ 50% ਕੀ ਗਲਤੀਆਂ ਨੇ ਆਪਾਂ ਨੂੰ ਆਪਣੇ ਖਰਚੇ ਆ ਜਿਹੜੇ ਕੰਟਰੋਲ ਕਰਨੇ ਪੈਣੇ ਆ ਜਿਹੜੇ ਸਾਡੇ ਜ਼ਿਮੀਦਾਰ ਵੀਰ ਨੇ ਹੈ ਸਾਡੇ ਭਾਈ ਉਹਨੇ ਆਪਾਂ ਬੁਰਾ ਨਹੀਂ ਕਹਿੰਦੇ ਸਾਡਾ ਉਹਨਾਂ ਦਾ ਰਜਗਾਰ ਉਹਨਾਂ ਦੇ ਸਿਰ ਤੇ ਚੱਲਦਾ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜਿਵੇਂ ਹੁਣ ਵਿਆਹਾਂ ਉੱਤੇ ਖਰਚੇ ਨੇ ਇੱਕ 5 ਕਿੱਲੇ ਵਾਲਾ ਵੀ ਉਹਨਾਂ ਹੀ ਖਰਚਾ ਕਰ ਰਿਹਾ ਤੇ ਇੱਕ 20 ਕਿੱਲੇ ਵਾਲਾ ਵੀ ਉਨੇ ਹੀ ਖਰਚਾ ਕਰ ਰਿਹਾ ਤੇ ਪੰਜ ਕਿੱਲੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹਦੇ ਪਿੱਛੇ ਲੱਗ ਕੇ ਆਪਣਾ ਧੱਗਾ ਜੋੜਨਾ ਕਰਾਂਗਾ ਹੁਣ ਤੁਸੀਂ ਗੱਲ ਕਰਦੋ ਵੀ ਸਹਿਯਕ ਧੰਦੇ ਵੀ ਪੈਸੇ ਕਿੱਥੋਂ ਹੋਣਗੇ ਗਵਰਨਮੈਂਟ ਦੀਆਂ ਬਹੁਤ ਸਕੀਮਾਂ ਨੇ ਪਰ ਉਹ ਹੁਣ ਜਿਹੜੇ ਲੋਕ ਨੇ ਜਾਂ ਕਿਸਾਨ ਨੇ ਥੋੜਾ ਜਿਹਾ ਬੈਂਕਾਂ 'ਚ ਹੈਰਾਨ ਹੋਣਾ ਪੈਂਦਾ ਹੁਣ ਜਿਵੇਂ ਮੱਛੀ ਪਾਲਣ ਵਾਲਾ ਧੰਦਾ ਆ ਗਿਆ ਇਹਦੇ ਵਿੱਚ ਵੀ ਸਬਸਿਡੀ ਹੈਗੀ ਆ ਪਿੱਛੇ ਜੇ ਇਹਨਾਂ ਨੇ ਹੁਣਾਂ ਮੋਟਰਾਂ ਉੱਤੇ ਤੁਸੀਂ ਕਈਆਂ ਨੇ ਮੋਟਰਾਂ ਲਮਾਈਆਂ ਹੋਈਆਂ ਕਲੈਕਸ਼ਨ ਨਹੀਂ ਦਿੱਤੇ ਸੀ ਕਿਉਂਕਿ ਆਪਣੀ ਜਿਹੜੀ ਧਰਤੀ ਆ ਪੰਜਾਬ ਦਾ ਪਾਣੀ ਥੱਲੇ ਚਲੇ ਗਿਆ ਫਿਰ ਕਈਆਂ ਨੇ ਐਟ ਕੀ ਉਹ ਸੋਲਰ ਸਿਸਟਮ ਲਵਾਏ ਨੇ ਉਹਦੇ ਉੱਤੇ ਵੀ ਆਪਾਂ ਨੂੰ ਸਬਸਿਡੀ ਆ ਹੁਣ ਤੁਸੀਂ ਗੋਬਰ ਗੈਸ ਦੇ ਉੱਤੇ ਆ ਜਾਓ ਠੀਕ ਹੈ ਉਹਦੇ ਉੱਤੇ ਵੀ ਆਪਾਂ ਨੂੰ ਸਬਸਿਡੀ ਆ ਪਰ ਕਰਨਾ ਨਹੀਂ ਕੋਈ ਚਾਹੁੰਦਾ ਹੈਗਾ ਬਾਈ ਮੈਂ ਮੈਂ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਤੂੰ ਤੁਹਾਨੂੰ ਜੇ ਫਰਜ ਕਰੋ ਮੈਂ ਮੰਨਦਾ ਜੇ ਤੁਹਾਨੂੰ ਇੱਕ ਹੁਣ ਜਿਹੜੇ ਬੜੇ ਬੜੇ ਲੋਕ ਨੇ ਅਡਾਨੀ ਵਾਨੀ ਤੁਹਾਨੂੰ ਕੀ ਲੱਗਦਾ ਇਹ ਪੈਸੇ ਕੋਲੋਂ ਲਾਉਂਦੇ ਨੇ ਇਹ ਸਿਰਫ ਇਹ ਬੈਂਕਾਂ ਦੇ ਉੱਤੋਂ ਇੰਨਾ ਕਰਜ਼ਾ ਲੈ ਕੇ ਬੈਂਕਾਂ ਦੀ ਸ਼ਰਤੀ ਲੈ ਕੇ ਇੰਨੇ امیر ਬਣ ਗਏ ਹੈ ਅੱਜ ਇਹ ਠੀਕ ਨਹੀਂ ਗੱਲ ਚਲੋ ਆਪਾਂ ਛੋਟੇ ਲੈਵਲ ਦੀ ਗੱਲ ਕਰਦੇ ਆਂ ਸਾਨੂੰ ਜਦੋਂ ਅਸੀਂ ਕੋਈ ਲੋਨ ਲੈਣਾ ਹੁੰਦਾ ਸਾਡੇ ਕਿੰਨੀਆਂ ਫਾਰਮੈਲਟੀ ਬੈਂਕਾਂ ਬੈਂਕਾਂ ਵਾਲੇ ਦੇਖਦੇ ਆਂ ਬਸ ਆਹ ਚੀਜ਼ ਤੋਂ ਡਰਦੇ ਹੋ ਵਿਚਾਰੇ ਬੈਂਕਾਂ ਦੇ ਗੇਟ 'ਚ ਪੈਂਦੇ ਨਹੀਂ ਹੈਗੇ ਤਾਂ ਸਾਡੇ ਕੋਲ ਅੜਤੀਆਂ ਕੋਲ ਵਿਚਾਰੇ ਉਹ ਹੁਣ ਆ ਜਾਂਦੇ ਆਂ ਵੀ ਸਾਨੂੰ 2-4000 ਦੀਆਂ 5000 10000 ਤੱਕ ਅਸੀਂ ਉਹਨਾਂ ਬੈਂਕਾਂ ਦੇ ਵਿੱਚ ਉਹ ਪੈਂਦੇ ਨਹੀਂ ਹੈ ਸਬਸਿਡੀਆਂ ਤੁਸੀਂ ਕਿਹਾ ਕਿ ਸਕੀਮਾਂ ਗਵਰਨਮੈਂਟ ਦੀਆਂ ਬਹੁਤ ਨੇ ਪਰ ਜ਼ਿੰਮੇਦਾਰ ਦੀ ਆਪਾਂ ਗੱਲ ਕਰੀਏ ਇੱਕ ਦੀ ਕਿ ਸਕੀਮਾਂ ਬੇਸ਼ੱਕ ਨੇ ਪਰ ਉਹ ਸਰਕਾਰ ਵੀ ਕਿਤੇ ਨਾ ਕਿਤੇ ਫੇਲ ਸਾਬਤ ਹੁੰਦੀ ਆ ਕਿ ਉਸ ਸਕੀਮਾਂ ਨੂੰ ਗਰਾਊਂਡ ਲੈਵਲ ਤੱਕ ਲੈ ਕੇ ਨਹੀਂ ਜਾ ਪੌਂਦੀ ਸਰਕਾਰ ਬਿਲਕੁਲ ਬਾਈ ਜੀ ਇਹਦੇ ਵਿੱਚ ਨਾ ਸਭ ਤੋਂ ਵੱਡਾ ਰੋਲ ਮੈਂ ਕਹੂੰਗਾ ਦੇਖ ਆਪਣੇ ਲੋਕਾਂ ਦਾ ਵੀ ਹੈਗਾ ਲੋਕਾਂ ਦੇ ਨਾਲ ਸਰਕਾਰ ਦਾ ਤਾਂ ਹੈਗੀ ਹੈਗਾ ਦੇਖ ਲੋਕ ਸਰਕਾਰ ਕਹਿੰਦੇ ਅਸੀਂ ਦੇਣਾ ਚਾਹੁੰਦੇ ਆ ਮਤਲਬ ਦੇਣਾ ਨਹੀਂ ਚਾਹੁੰਦੇ ਤੇ ਲੋਕ ਕਹਿੰਦੇ ਅਸੀਂ ਲੈਣਾ ਨਹੀਂ ਚਾਹੁੰਦੇ ਹੁਣ ਜਦੋਂ ਦੋਨੇ ਤੇ ਰਹੀ ਰਾਜੀ ਨੇ ਸਰਕਾਰ ਨੂੰ ਹੁਣ ਫ੍ਰੀ ਵਾਲੀ ਚੀਜ਼ ਆ ਦੇਖੋ ਬਾਈ ਜੀ ਇੱਕ ਫ੍ਰੀ ਉੱਤੇ ਆਪਣੇ ਲੋਕ ਕਿਉਂ ਮਰਦੇ ਆ ਕਿਉਂ ਅਹਈਆਂ ਚੀਜ਼ਾਂ ਦੀ ਮੰਗ ਕਰਦੇ ਆ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਹੈਗੇ ਵੀ ਸਾਨੂੰ ਹੁਣ ਕਾਨਕ ਬਾਈ ਜੀ ਮੈਨੂੰ ਇਹ ਦੱਸੋ ਕਿਹੜਾ ਵਪਾਰੀ ਆ ਵੀ 2 ਪੀ ਨੂੰ ਕਣਕ ਲੈ ਕੇ 2 ਰੁਪਏ ਨੂੰ ਦੇਵੇ ਉਹ ਕਾਮਯਾਬ ਹੋ ਜਾਊਗਾ ਕਿੱਥੋਂ ਸਰਕਾਰ ਕਾਮਯਾਬ ਹੋ ਜੂਗੀ 20 ਰੁਪਏ ਦੀ ਚੀਜ਼ ਤੁਸੀਂ 2 ਰੁਪਏ ਚ ਦੇ ਰਿਆਂ ਇਹਦੇ ਨਾਲੋਂ ਤਾਂ ਬਾਈ ਜੀ ਤੁਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਦਿਓ ਬੱਚਿਆਂ ਨੂੰ ਤੁਸੀਂ ਕਦੇ ਗੁਣਾ ਕਰਕੇ ਦੇਖੋ ਫਸੇਗੜ ਸਾਹਿਬ ਜ਼ਿਲ੍ਹੇ ਦੀ ਉਹ ਗੱਲ ਕਰਦਾ ਮੈਂ ਕਰੋੜਾਂ ਰੁਪਏ ਬਣ ਜਣੇ ਜਿਹੜੇ 2 ਰੁਪਏ ਕਿਲੋ ਵਾਲੀ ਕਣਕ ਨੇ ਆ ਕਿਉਂ ਤੁਸੀਂ ਲੋਕਾਂ ਨੂੰ ਵੇਚ ਸਲੇ ਕਰਤਾ ਉਹ 2 ਰੁਪਏ ਵਾਲੀਆਂ ਚੀਜ਼ਾਂ ਲੈ ਕੇ ਅੱਜ ਕੱਲ੍ਹ ਲੋਕਾਂ ਦੇ ਜਿਹੜੇ ਉਹਨਾਂ ਨੂੰ ਪਤਾ ਵੀ ਰੋਟੀ ਸਾਨੂੰ ਮਿਲੇ ਜਾਣੀ ਹੈ ਕਣਕ ਸਾਨੂੰ ਫ੍ਰੀ ਮਿਲ ਜਣੀ ਆ ਲੋਕ ਕਿਤੇ ਨਾ ਕਿਤੇ ਫਿਰ ਇਦਾਂ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਨਾਲ ਜਿਹੜੇ ਆਲਸੀ ਕੰਮ ਨਹੀਂ ਕਰਦੇ ਆਲਸੀ ਹੋ ਜਾਂਦੇ ਨੇ ਲੋਕ ਬਿਲਕੁਲ ਬਿਲਕੁਲ ਬਾਈ ਜੀ ਸਰਕਾਰਾਂ ਦੇਖੋ ਜਹੈ ਜੀ ਤੁਸੀਂ ਡਿਮਾਂਡ ਹੁਣ ਜੇ ਤੁਸੀਂ ਉਹਨੂੰ ਕਹੋ ਕੋਈ ਵੀ ਸਾਥ ਤੋਂ ਵੋਟ ਮੰਗਣ ਆਉਂਦਾ ਵੀ ਸਾਨੂੰ ਹਸਪੀਟਲ ਚਾਹੀਦੇ ਆ ਸਾਡੇ ਬੱਚਿਆਂ ਦੀ ਐਜੂਕੇਸ਼ਨ ਚਾਹੀਦੀ ਆ ਹਨਾ ਸਾਨੂੰ ਵਧੀਆ ਸਿਸਟਮ ਚਾਹੀਦਾ ਵੀ ਸਾਨੂੰ ਨਹੀਂ ਕੋਈ ਫ੍ਰੀ ਚੀਜ਼ ਚਾਹੀਦੀ ਥੋੜੀ ਸਾਨੂੰ ਘਟ ਟ੍ਰੇਡ ਕਰ ਦੋ ਬਿਜਲੀ ਦੇ ਹੁਣ 10 ਰੁਪਏ ਜੁਨਟਾ ਬਾਈ ਜੀ ਬਿਜਲੀ ਦੀ ਜੇ ਉਹੀ ਰੇਟ ਹੈ ਘਟ ਹੋ ਜਵੇ ਨਾਲ ਸਾਰਿਆਂ ਨੂੰ ਫਾਇਦਾ ਹੋ ਜੂਗਾ ਹਨਾ ਠੀਕ ਹੈ ਐਜੂਕੇਸ਼ਨ ਫ੍ਰੀ ਚਾਹੀਦੀ ਆ ਸਾਨੂੰ ਕਾਣ ਕਿ ਨਿਵਰੀ ਜੀ ਸਾਨੂੰ ਐਜੂਕੇਸ਼ਨ ਦੇਖੋ ਜਦੋਂ ਥੋੜੇ ਬੱਚੇ ਪੜ੍ਹਨਗੇ ਥੋੜੇ ਬੱਚਿਆਂ ਦਾ ਦਿਮਾਗ ਚੱਲੂਗਾ ਦਿਮਾਗ ਚੱਲਣ ਨਾਲ ਸਦਾ ਆਪਣਿਆ ਪਿਆ ਜੂਗਾ ਹੁਣ ਇੱਥੇ ਥੋੜੇ ਬੱਚੇ ਵੀ ਆਣ ਪੜ ਰਹੇਗੇ ਤੇ ਤੁਹਾਨੂੰ ਫ੍ਰੀ ਉੱਤੇ ਲਾ ਕੇ ਤੇ ਤੁਹਾਡਾ ਪਰਿਵਾਰ ਵਿਚ ਵੀ ਇਹਨਾਂ ਖਤਮ ਕਰਤਾ ਬਾਈ ਹੁਣ ਆਪਾਂ ਗੱਲ ਕਰੀਏ ਜਦੋਂ ਖੇਤੀ ਦੀ ਗੱਲ ਆਉਂਦੀ ਆ ਤਾਂ ਜ਼ਿਮੀਦਾਰਾਂ ਦੀ ਮੋਸਟਲੀ ਇਹ ਸ਼ਿਕਾਇਤ ਰਹਿੰਦੀ ਆ ਕਿ ਯਾਰ ਬਚਦਾ ਕੁਛ ਨਹੀਂ ਮਿਹਨਤ ਕਰਦੇ 6 ਮਹੀਨੇ ਮੀਂਹੇਰੀ ਦੇ ਵਿੱਚ ਆਪਣੀ ਫਸਲ ਸਾਂਭਦੇ ਆ ਕਹਿ ਦਿੰਦੇ ਨੇ ਇੱਕ ਕਹਾਵਤ ਮਸ਼ਹੂਰ ਆ ਕਿ ਸੱਪਾਂ ਦੀਆਂ ਸਿਰੀਆਂ ਤੋਂ ਮਿੱਦ ਗਏ ਉਹਨਾਂ ਨੂੰ ਨੋਟ ਚੱਕਦਾ ਇੱਕ ਜਿਹੜਾ ਕਿਸਾਨ ਹੁੰਦਾ ਨਾ ਬਚਣ ਦਾ ਕੀ ਕਾਰਨ ਆ ਕਿ ਇੰਨੀ ਮਿਹਨਤ ਕਰਕੇ ਇੰਨਾ ਕੁਝ ਕਰਕੇ ਕਿਉਂ ਨਹੀਂ ਕੁਝ ਬਚਦਾ ਹੈਗਾ ਕੀ ਰੀਜ਼ਨ ਹੈ ਇਹਦਾ ਉਹਦਾ ਬਾਈ ਜੀ ਮੈਂ ਤੁਹਾਨੂੰ ਕਾਰਨ ਇੱਕ ਪਹਿਲਾਂ ਹੀ ਦੱਸ ਚੁੱਕਿਆ ਇੱਕ ਕਾਰਨ ਤਾਂ ਦੂਜਾ ਕਾਰਨ ਬਚਦਾ ਦਾ ਹੈਗਾ ਇਹ ਜੀ ਗੱਲ ਨਹੀਂ ਹੈਗੀ ਪਰ ਉਹੀ ਆ ਗਿਆ ਨਾ ਟੈਕਨੀਕਲ ਤਰੀਕੇ ਨਾਲ ਚੱਲਣਾ ਪੈਂਦਾ ਤਰੀਕੇ ਨਾਲ ਖੇਤੀ ਕਰਨੀ ਤਰੀਕੇ ਨਾਲ ਖੇਤੀ ਕਰਨੀ ਪਊਗੀ ਮੈਂ ਤਾਂ ਕਹਣਾ ਵੀ ਹੁਣ ਜਿਵੇਂ ਨਾ ਸਾਡੇ ਸਭ ਤੋਂ ਵੱਡੀ ਪ੍ਰੋਬਲਮ ਆ ਜ਼ਿਮੀਂਦਾਰ ਨੂੰ ਮਾਰਕੀਟਿੰਗ ਦੀ ਹੂੰ ਠੀਕ ਨਹੀਂ ਗੱਲ ਹੁਣ ਇੱਕ ਆਮ ਜ਼ਿੰਮੇਵਾਰ ਦੀ ਗੱਲ ਕਰ ਲਈ ਆਪਾਂ ਬੜੇ ਦੀ ਨਹੀਂ ਮੈਂ ਗੱਲ ਕਰ ਮੈਂ ਬੜੇ ਦੀ ਤਾਂ ਨਹੀਂ ਗੱਲ ਕਰਦਾ ਕਿਉਂਕਿ ਬੜੇ ਗੁਰਦਾ ਹਰ ਇੱਕ ਹਾਇਲਾ ਵਸੀਲਾ ਹੈਗਾ ਹੁੰਦਾ ਇੱਕ ਆਪਾਂ ਛੋਟਾ ਜ਼ਿੰਮੇਵਾਰ ਕਿਉਂਕਿ ਉਹਦੇ ਕੋਲ ਕੋਈ ਆਪਣੇ ਇੱਕ ਟੁਕੜ 80% ਜ਼ਿੰਮੇਵਾਰ ਛੋਟੇ ਨੇ ਮੈਂ ਤਾਂ ਤੁਹਾਨੂੰ ਛੋਟੇ ਦੀ ਬਾਰ ਬਾਰ ਉਦਾਹਰਣ ਦੇ ਰਿਹਾ ਉਹਦਾ ਕਾਰਨ ਹੁਣ ਮੈਂ ਇੱਕ ਛੋਟੇ ਜ਼ਿੰਮੇਵਾਰ ਨੂੰ ਕਹਾ ਵੀ ਤੇਰੀ ਕਣਕ ਰੋ 1975 ਦੀ ਆ ਵੀ ਮੈਂ ਜੀ ਤੇਰੀ ਕਣਕ ਮੈਂ 2200 ਨੂੰ ਬਗਾਦਾ ਵੀ ਤੇਰੀ ਦਿੱਲੀ ਜਾ ਕੇ ਵਿਗੂਗੀ ਇਹ ਹੁਣ ਉਹ ਵਿਚਾਰਾ ਦਿੱਲੀ ਲੈ ਕੇ ਕਿਵੇਂ ਜਾਊਗਾ ਲੈ ਕੇਗਾ ਉਨਾ ਹੀ ਖਰਚਾ ਪੈ ਜਾਣਾ ਉਨਾ ਹੀ ਖਰਚਾ ਪੈ ਜਾਣਾ ਹਣਾ ਹੁਣ ਉਹ ਵਿਚਾਰਾ ਸੋਚਦਾ ਚੱਲ ਬਾਈ ਵੀ ਤੁਸੀਂ ਉਰੀ ਬਗਾ ਦੋ ਵੀ ਮੇਰੇ ਤੋਂ ਏਡੀ ਦੂਰ ਉਹਦੇ ਕੋਲ ਕੈਰੀ ਕਰਨੇ ਨੂੰ ਮਤਲਬ ਹੈ ਨਹੀਂ ਸਾਧਨ ਨਹੀਂ ਹੁੰਦਾ ਹੈਗਾ ਹਨਾ ਤੇ ਫਿਰ ਉਹ ਵਿਚਾਰਾ ਏਡੀ ਦੂਰ ਕਿਵੇਂ ਜਾਊਗਾ ਫਿਰ ਉਹਦਾ ਰੇਟ ਉਹਨੂੰ ਕਿਵੇਂ ਮਿਲੂਗਾ ਹਨਾ ਤੇ ਦੂਜੀ ਗੱਲ ਆ ਜਾਂਦੀ ਹੁਣ ਤੁਸੀਂ ਕਹਿੰਦੇ ਹੋ ਵੀ ਇੱਕ ਆਪਣੇ ਲੋਕਾਂ ਚ ਵੀ ਗਲਤੀ ਆ ਹੁਣ ਇੱਕ ਪਾਸੇ ਦੇ ਲੋਕ ਕਹਿੰਦੇ ਅਸੀਂ ਤੰਦਰੁਸਤ ਰਹੀਏ ਤੰਦਰੁਸਤ ਵੀ ਤੁਸੀਂ ਤਾਂ ਰਹੋਗੇ ਜੇ ਤੁਸੀਂ ਚੀਜ਼ ਵਧੀਆ ਖਾਓਗੇ ਠੀਕ ਹੈ ਇੱਕ ਜ਼ਿੰਮੇਵਾਰ ਨੇ ਸਾਡੇ ਨੇ ਆਰਗੇਨਿਕ ਖੇਤੀ ਕਰ ਲਈ ਉਹਦੀ 6 ਕੁਆਂਟਲ ਕਣਕ ਦੇ ਖਲ ਹੀ ਕੀ ਲੈ ਜੋ ਹੁਣ ਤੁਸੀਂ ਹਿਸਾਬ ਲਾਓ ਜੀ ਉਹਨੇ ਪਹਿਲੀ ਕਿਉਂਕਿ ਜਿਹੜੀ ਫਸਲਾਣਾ ਨਾ ਉਹ ਜਿਵੇਂ ਬੰਦਾ ਨਸ਼ੇ ਤੇ ਲੱਗ ਜਾਂਦਾ ਜੀ ਜਦੋਂ ਆਪਾਂ ਬੰਦੇ ਦਾ ਨਸ਼ਾ ਛਡਾਉਨੇ ਆ ਜੇ ਤੁਸੀਂ ਜਦੋਂ ਤੁਸੀਂ ਉਹਦਾ ਇੱਕਦਮ ਨਸ਼ਾ ਛਡਾਉਂਗੇ ਤਾਂ ਮਰ ਜੂਗਾ ਉਹ ਠੀਕ ਹੈ ਨਾ ਉਹਦਾ ਹੌਲੀ ਹੌਲੀ ਨਸ਼ਾ ਛਡਾਉਣਾ ਪੈਂਦਾ ਇੱਕ ਜਿਹੜੀ ਆਪਾਂ ਹੁਣ ਤੁਸੀਂ ਕਹਿੰਦੇ ਹੋ ਆਰਗੈਨਿਕ ਖੇਤੀ ਆ ਇਹਨੂੰ ਤੁਸੀਂ ਜਿਵੇਂ ਫਰਜ ਕਰੋ ਤੁਸੀਂ 4 ਥੱਲੇ ਰੇ ਇਹਦੇ ਪਾਉਂਦੇ ਹੋ ਜਾਂ 2.5 ਦੇ ਪਾਉਂਦੇ ਹੋ ਉਹਨੂੰ ਪਹਿਲਾਂ 2 ਤੇ ਲਿਆਓ ਫਿਰ 1 ਤੇ ਲਿਆਓ ਫਿਰ ਅੱਧੇ ਤੇ ਲਿਆਓ ਹੌਲੀ ਹੌਲੀ ਮਤਲਬ ਉਹਨੂੰ ਖਤਮ ਕਰੋ ਤੁਹਾਨੂੰ ਤੁਹਾਨੂੰ ਅਸੀਂ ਇਹ ਨਹੀਂ ਕਹਿੰਦਾ ਵੀ 4 ਕਿਲ 4 ਇਹਦੇ ਥੱਲੇ 1 ਕੋ ਦਿਨ ਤੁਸੀਂ ਖਤਮ ਕਰ ਦਿਓ ਫਿਰ ਤੁਹਾਨੂੰ ਜਿਹੜੀ ਉਹਦੀ ਨੁਕਸਾਨ ਹੋਊਗਾ ਵੀ ਹੌਲੀ ਹੌਲੀ ਤੁਸੀਂ ਉਹਨੂੰ ਲੈ ਕੇ ਜਦੋਂ ਆਰਗੈਨਿਕ ਦੇ ਉੱਤੇ ਆ ਗਈ ਕਿ ਉਹਦਾ ਜਿਹੜਾ ਰੇਟ ਆ ਰੇਟ ਦਾ ਦੇਖੋ ਤੁਹਾਨੂੰ ਦੇਖ ਜਾ ਤੁਹਾਨੂੰ ਚੀਜ਼ ਵਧੀਆ ਮਾਰਕੀਟ 'ਚ ਮਿਲਣੀ ਆ ਬਹੁਤ ਲੋਕ ਹੈ ਜਿਹੇ ਵੀ ਆਉਂਦੇ ਮੇਰੇ ਕੋਲ ਲੈਣੇ ਵਾਲੇ ਕਣਕ ਵੀ ਸਾਨੂੰ ਔਰ ਜਿਵੇਂ ਐਮਪੀ ਵਾਲੀ ਕਣਕ ਦਾ 3200 ਰੁਪਏ ਰੇਟ ਆ ਬਾਈ ਜੀ ਲੋਕੀ ਉਰੇ ਮਂਗਾ ਕੇ ਖਾਂਦੇ ਨੇ ਉਹ ਕਣਕ ਖਾਂਦੇ ਨੇ ਕਿਉਂ ਨਹੀਂ ਉਹ ਪੰਜਾਬ 'ਚ ਕਿਉਂ ਨਹੀਂ ਹੋ ਜਾਂਦੀ ਜੇ ਐਮਪੀ ਤੋਂ ਮਂਗਾ ਕੇ ਖਾਂਦੇ ਨੇ ਤਾਂ ਉਹ ਖੇਤੀ ਪੰਜਾਬ ਦੇ ਵਿੱਚ ਉਹ ਕਣਕ ਕਿਉਂ ਨਹੀਂ ਆਪਣੇ ਜ਼ਿਮੀਦਾਰ ਕਰ ਲਾ ਉਹ ਉਹਦਾ ਕਾਰਨ ਇਹੀ ਆ ਨਾ ਵੀ ਉਰੇ ਹੁਣ ਉਹ ਵਿਚਾਰਾ ਉਹਨੇ 6 ਕੁਇੰਟਲ ਨਿਕਲੀ ਉਹ ਕਹਿੰਦਾ ਜਦੋਂ ਮੈਂ ਵੇਚਣ ਲੱਗਿਆ ਵੀ ਸਾਬ ਨੂੰ ਕਿਹਾ ਵੀ ਮੈਂ ਭਾਈ ਇਹ 'ਚ ਸਪਰੇਅ ਨਹੀਂ ਇਟ ਦੇਣ ਨੂੰ ਨਾ ਕੋਈ ਤਿਆਰ ਹੋ ਉਹਦਾ ਸੱਚ ਨਾ ਕੋਈ ਮੰਨੇ ਫਿਰ ਮੈਂ ਬਾਈ ਜੀ ਨੂੰ ਦੱਸਿਆ ਵਾ ਬਾਈ ਜੀ ਇੱਕ ਯੂਨੀਵਰਸਿਟੀ ਵੱਲੋਂ ਨਾ ਆਪਾਂ ਨੂੰ ਇੱਕ ਸਰਟੀਫੀਕੇਟ ਮਿਲ ਜਾਂਦਾ ਹੁੰਦਾ ਆਰਗੈਨਿਕ ਦਾ ਵੀ ਉੱਥੇ ਟੈਸਟਿੰਗ ਹੋ ਜਾਂਦੀ ਹੁੰਦੀ ਆ ਅੱਛਾ ਐਗਰੀਕਲਚਰ ਯੂਨੀਵਰਸਿਟੀ ਤੋਂ ਆਪਣੀ ਮਿੱਟੀ ਟੈਸਟ ਕਰ ਦਿੰਦੇ ਆ ਉਹ ਥੋੜੀ ਜਿਹੜੀ ਫਸਲ ਆ ਉਹ ਵੀ ਥੋੜੀ ਟੈਸਟ ਹੋ ਜਾਂਦੀ ਆ ਵੀ ਬਾਕੀ ਇਹਦੇ ਵਿੱਚ ਜਿਹੜੀ ਪ੍ਰੈਸਟੀਲਾਈਜ਼ ਮਤਲਬ ਜਰਹੀਲੀ ਕੋਈ ਵਸਤੂ ਨਹੀਂ ਪਾਈ ਗਈ ਇਹ ਆਰਗੈਨਿਕ ਆ ਅ ਦਰਸ਼ਕੋ ਬੜੀ ਵਧੀਆ ਵੀਰ ਨੇ ਹੈ ਗੱਲ ਦੱਸੀ ਕਿ ਜਿਹੜੇ ਮੇਰੇ ਦੋਸਤ ਸਾਡੇ ਦੋਸਤ ਮਿੱਤਰ ਆਰਗੈਨਿਕ ਖੇਤੀ ਕਰਨਾ ਚਾਹੁੰਦੇ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਇੱਕ ਸਰਟੀਫਿਕੇਟ ਤੁਹਾਨੂੰ ਇਸ਼ੂ ਹੋ ਜਾਂਦਾ ਜਿਸ ਦੇ ਵਿੱਚ ਤੁਹਾਡੀ ਫਸਲ ਦਾ ਟੈਸਟ ਹੋ ਜਾਂਦਾ ਕਿ ਵਾਕਈ ਇਹਦੇ ਵਿੱਚ ਕੋਈ ਜਿਹੜੀਆਂ ਜ਼ਹਿਰੀਲੀਆਂ ਦਵਾਈਆਂ ਨੇ ਸਪਰੇਅ ਵਗੈਰਾ ਉਹ ਨਹੀਂ ਕੀਤੀ ਗਈ ਤੁਸੀਂ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਨਾਲ ਕੰਟੈਕਟ ਕਰਕੇ ਇਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਲੈ ਸਕਦੇ ਹੋ ਬਾਈ ਤੁਸੀਂ ਇੱਕ ਕਾੜਤੀਆਂ ਹੋ ਤੁਹਾਡੇ ਕੋਲ ਤਰ੍ਹਾਂ-ਤਰ੍ਹਾਂ ਦੇ ਜਿਵੇਂ ਆਪਾਂ ਕਹਿੰਦੇ ਆ ਜਿਮੀਦਾਰ ਆਉਂਦੇ ਨੇ ਜਿਉਂ ਇੱਕ ਜਿਮੀਦਾਰ ਆਉਂਦਾ ਕਿ ਹੁਣ ਵਿਆਹ ਕਰਨਾ ਹੁੰਦਾ ਕਿਸੇ ਨੇ ਕਿਸੇ ਨੇ ਆਪਣੇ ਬੱਚੇ ਪੜਾਉਣੇ ਨੇ ਉਹ ਫਸਲ ਦੇ ਸਿਰ ਤੇ ਬੈਠਾ ਤਾਂ ਫਿਰ ਉਹ ਤੁਹਾਡੇ ਨਾਲ ਕਿਤੇ ਦੁੱਖੜੇ ਆਪਣੇ ਰੋਂਦੇ ਨੇ ਕਿ ਯਾਰ ਸ਼ੌਂਕ ਮਾਰਨੇ ਪਏਗੇ ਬੱਚਿਆਂ ਦੇ ਸ਼ੌਂਕ ਵੀ ਨਹੀਂ ਪੂਰੇ ਹੋਏ ਇੰਨੀ ਮਿਹਨਤ ਕਰਕੇ ਕੁਛ ਇਦਾਂ ਦੇ ਬਾਕੀ ਹੁੰਦੇ ਹੈ ਬਾਈ ਜੀ ਮੈਂ ਤਾਂ ਨਾ ਜਿਮੀਦਾਰ ਨੂੰ ਇਹ ਗੱਲ ਕਹਿੰਦਾ ਹੁੰਦਾ ਵੀ ਜਿਹੜੇ ਠੇਕੇ ਦੇ ਜ਼ਮੀਨਾਂ ਲੈਂਦੇ ਆ ਵੀ ਇੱਕ ਜਿਮੀਦਾਰ ਨੂੰ ਨਾ ਥੋੜਾ ਜਿਹਾ ਨਾ ਜਿਹੜੀ ਸੰਗ ਕਹਿੰਦੇ ਨੇ ਆਪਣੇ ਇੱਕ ਜਿਹੜਾ ਕਿਸਾਨ ਆ ਜਾਂ ਜੱਟ ਕਹਿ ਲੋ ਹਾਂ ਫੇਰ ਮੈਂ ਜੱਟ ਸ਼ਬਦ ਯੂਜ਼ ਤਾਂ ਕਰ ਰਹੇ ਹਾਂ ਕਿਉਂਕਿ ਇੱਕ ਥੱਬਾ ਲੱਗਿਆ ਹੋਇਆ ਵੀ ਮੈਂ ਤਾਂ ਜੱਟਾਂ ਹੀ ਮੈਂ ਇਹ ਕੰਮ ਨਹੀਂ ਕਰਦਾ ਮੈਂ ਇਹ ਕੰਮ ਨਹੀਂ ਕਰਦਾ ਕਰਨਾ ਹੈਗਾ ਹਨਾ ਵੀ ਮੇਰੀ ਬੇਇੱਜ਼ਤੀ ਗਿਲਟੀ ਮਹਿਸੂਸ ਕਰਦਾ ਹਾਂ ਹੁਣ ਇਹੀ ਜ਼ਿੰਮੇਦਾਰ ਜੇ ਇਹਨਾਂ ਦਾ ਬੱਚਾ ਬਾਹਰ ਚਲੇ ਜਾਂਦਾ ਉੱਥੇ ਉਹ ਲੇਬਰ ਤੱਕ ਕਰਦਾ ਠੀਕ ਨਹੀਂ ਗੱਲ ਉੱਥੇ ਦੇਖੋ ਉੱਥੇ ਮਜਬੂਰੀਆਂ ਕਰਨੀ ਪੈਣੀਆਂ ਉਹਨਾਂ ਨੂੰ ਹੁਣ ਉਹ ਇੱਥੇ ਕਿਉਂ ਨਹੀਂ ਕਰ ਪਾਉਂਦਾ ਹੈਗਾ ਇੱਥੇ ਹਾਂ ਠੀਕ ਜਿਹੜਾ ਮੈਨੂੰ ਤੋਂ ਉੱਥੇ ਬਗਾਨੇ ਮੁਰਖਾਂ 'ਚ ਜਾ ਕੇ ਕਰਦਾ ਤਾਂ ਉਹ ਕਿਉਂ ਨਾ ਇੱਥੇ ਆਪਣੇ ਖੇਤਾਂ ਦੇ ਵਿੱਚ ਮਿਹਨਤ ਹੋ ਜੋਗੀ ਹਾਂਜੀ ਹਾਂਜੀ ਤੇ ਮੈਂ ਉਹ ਜ਼ਿਮੀਂਦਾਰਾਂ ਨੂੰ ਇਹੀ ਗੱਲ ਕਹਿੰਦਾ ਹੁੰਨਾ ਵੀ ਜਦੋਂ ਤੁਹਾਨੂੰ ਲੱਗਦਾ ਤੁਸੀਂ ਇੱਕ ਨਾ ਕਾਪੀ ਲੈ ਕੇ ਕਈ ਜ਼ਿਮੀਂਦਾਰ ਕਰਦੇ ਨੇ ਇੱਕ ਨਾ ਉਹਨਾਂ ਨੇ A ਤੋਂ Z ਤੱਕ ਦੇਖਣਾ ਵੀ ਅਸੀਂ ਸਾਡਾ ਇੱਕ ਕੀਲੇ ਦੇ ਉੱਤੇ ਇੰਨਾ ਖਰਚਾ ਆਇਆ ਤੇ ਇੰਨਾ ਸਾਨੂੰ ਪ੍ਰੋਫਿਟ ਹੋਇਆ ਇੰਨਾ ਸਾਨੂੰ ਲਾਸ ਹੋਇਆ ਜੇ ਤੁਹਾਨੂੰ ਇੱਕ ਸਾਲ ਲਾਸ ਹੋਗਾ ਚਲੋ ਮੈਂ ਮੰਨ ਲਿਆ ਇੱਕ ਸਾਲ ਲਾਸ ਹੋ ਸਕਦਾ ਕੋਈ ਬੜੀ ਗੱਲੀ business ਇੱਕ ਤਰ੍ਹਾਂ ਸੱਠਾ ਸਾਨੂੰ ਵੀ ਲਾਸ ਹਰੇਕ ਕੰਮ ਚ ਲਾਸ ਪ੍ਰੋਫਿਟ ਬਣਿਆ ਹੋਇਆ ਫਿਰ ਦੂਜੇ ਸਾਲ ਤੁਹਾਨੂੰ ਫੇਰ ਲਾਸ ਹੋ ਰਿਹਾ ਤੀਜੇ ਸਾਲ ਤੁਹਾਨੂੰ ਫੇਰ ਇਟ ਮੀਨਸ ਇਹ ਧੰਦਾ ਤੁਹਾਡੇ ਵਾਸਤੇ ਫਿਰ ਇਟ ਮੀਨਸ ਤੁਹਾਡੇ ਚ ਕੋਈ ਕਿਤੇ ਨਾ ਕਿਤੇ ਕਮੀ ਆ ਕਮੀਆਂ ਉਹਨੂੰ ਤੁਸੀਂ ਦੂਰ ਕਿਉਂ ਨਹੀਂ ਕਰਦੇ ਕਿਉਂ ਤੁਸੀਂ ਫਿਰ ਲਾਸ ਨੂੰ ਲਾਸ ਨੂੰ ਲਾਸ ਨੂੰ ਵਧਾਉਂਦੇ ਵਧਾਉਂਦੇ ਉਹ ਫਿਰ ਜਿਆਦਾ بڑا ਲਾਸ ਹੋ ਜਾਂਦਾ ਫਿਰ ਉਹ ਬੰਦਾ ਡਿਪਰੈਸ਼ਨ ਚ ਚਲੇ ਜਾਂਦਾ ਹੁਣ ਫਿਰ ਗੱਲ ਆਉਂਦੀ ਸਾਡੇ ਆੜਤੀਆਂ ਉ ਸਵਾਲ ਮੇਰਾ ਇਹੀ ਆ ਕਿ ਜਦੋਂ ਡਿਪਰੈਸ਼ਨ ਚ ਆ ਕੇ ਇੱਕ ਕਿਸਾਨ ਜਿਹੜਾ ਖੁਦਕੁਸ਼ੀ ਕਰ ਲੈਂਦਾ ਕਿਸੇ ਕਾਰਨ ਚਲੋ ਨਹੀਂ ਕਰਨੀ ਚਾਹੀਦੀ ਉਹ ਬਹੁਤ ਗਲਤ ਗੱਲ ਆ ਹਨਾ ਤੇ ਫਿਰ ਆੜਤੀਏ ਦੇ ਉੱਪਰ ਹੀ ਕਿਉਂ ਅਲੀਗੇਸ਼ਨ ਲੱਗਦਾ ਕਿ ਆੜਤੀਏ ਦਾ ਦੁਖੀ ਕੀਤਾ ਵਾ ਕਿਸਾਨ ਨੂੰ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਗੱਲ ਸਾਡਾ ਜਿਹੜਾ ਨਾ ਅਸੀਂ ਮੋਸਟ ਜਿਹੜਾ ਸਾਡਾ ਬਿਜ਼ਨਸ ਹੈ ਉਹ ਜ਼ਿਮੀਂਦਾਰਾਂ ਨਾਲ ਆ ਸਾਡਾ ਜਿਹੜਾ ਹਿਸਾਬ ਹੁੰਦਾ 6 ਮਹੀਨੇ ਬਾਅਦ 6 ਮਹੀਨੇ ਬਾਅਦ ਸਾਡੇ ਕੋਲੋਂ ਕਈ ਸਾਡੇ ਆੜਤੀ ਵੀ ਵਿਚਾਰੇ ਇੰਨੇ ਹੋਣੀ ਹੈ ਕਿ ਹੈਂਡ ਟੂ ਮਾਉਥ ਆ ਜਿਵੇਂ ਥੋੜੇ ਪੈਸੇ ਜਾਂ ਬੈਂਕ ਤੋਂ ਲਿਮਟ ਲੈਂਦੀ ਹੋਈ ਆ ਉਹ ਅੱ ਸਪੈਸੀ ਗੇਮ ਨਾਲ ਹਰ ਇੱਕ ਬੰਦਾ ਪ੍ਰੋਫਿਟ ਲਗਾ ਚੱਲ ਰੋਟੀ ਚੱਲਦੀ ਆ ਠੀਕ ਨਹੀਂ ਗੱਲ ਤੇ ਉਹ ਫਿਰ ਪ੍ਰੋਬਲਮ ਕੀ ਹੁੰਦੀ ਜਦੋਂ ਫਰਜ਼ ਕਰੋ ਤੁਸੀਂ ਮੇਰੇ ਤੋਂ ਕੁਝ ਪੈਸੇ ਲੈ ਲਿਆ ਫੋਰ ਐਗਜ਼ਾਮਪਲ ਤੁਸੀਂ ਮੇਰੇ ਤੋਂ 50000 ਰੁਪਏ ਲਵਤਾ ਠੀਕ ਆ ਜਦੋਂ ਤੁਹਾਨੂੰ ਤੁਹਾਡੀ ਫਸਲ ਆਈ ਮੇਰੇ ਕੋਲ 25000 ਦੀ ਠੀਕ ਆ ਥੋੜਾ 25 ਅੱਧਾ ਟੁੱਟ ਗਿਆ ਹੁਣ ਟੁੱਟ ਗਿਆ ਨਾ ਹੁਣ ਤੁਸੀਂ ਉਹ ਕਰਨਾ ਖੇਤੀ ਜੀ ਪੂਰਾ ਠੀਕ ਗੱਲ ਉਹ 25000 ਰੁਪਏ ਤੁਸੀਂ ਤੁਹਾਨੂੰ ਫਸਲ ਤੁਹਾਡੇ ਕੋਲ ਜ਼ਮੀਨ ਹੁੰਨੀ ਹੋ ਆ ਉਹ ਕਿਵੇਂ ਕਵਰ ਕਰੂਗਾ ਤਾਂ ਇੱਥੇ ਆ ਕੇ ਨਾ ਕਿਤੇ ਨਾ ਕਿਤੇ ਜੀਮੀਦਾਰ ਨੂੰ ਸੋਚਣਾ ਚਾਹੀਦਾ ਵੀ ਮੈਂ ਨਾਲ ਹੋਰ ਕੰਮ ਕਰਕੇ ਵੀ ਮੇਰਾ ਘਟਕੜ ਵਿਆਜ ਤਾਂ ਨਾ ਹੋਵੇ ਜੀ ਇਟ ਮੀਨਸ ਵਿਆਜ ਰੁਕ ਜਿੰਦਾ ਉਹਦਾ ਤਾਂ ਉਹ ਕਾਮਯਾਬ ਆ ਮੈਂ ਹਮੇਸ਼ਾ ਇਹੀ ਕਹਿਣਾ ਜ਼ਿਮੀਂਦਾਰ ਨੂੰ ਮਰਦਾ ਕਿੱਥੋਂ ਵਿਆਜ ਤੋਂ ਮਰਦਾ ਉਹ ਜਦੋਂ ਵਿਆਜ ਵਾਧਦਾ ਜਾਂਦਾ ਅਮਾਉਂਟ ਵੱਧਦੀ ਚਲੀ ਜਾਂਦੀ ਆ ਤੇ ਉਹ ਇਹ ਨਹੀਂ ਸੋਚਦਾ ਕਿ ਵੀ ਮੈਂ ਇਹ ਮੋੜਨੇ ਵੀ ਆ ਹਨਾ ਫਿਰ ਕਿਤੇ ਨਾ ਕਿਤੇ ਜਾ ਕੇ ਸਾਡੇ 'ਚ ਫਰਕ ਪੈ ਜਾਂਦਾ ਓਵਰ ਖਰਚੇ ਵੀ ਹੋ ਜਾਂਦੇ ਨੇ ਕਈ ਵਾਰ ਆਪਣੇ ਸ਼ੌਂਕ ਹਾਂ ਪਰ ਅਸੀਂ ਬਾਈ ਜੀ ਅਸੀਂ ਵੀ ਇੱਕ ਕਿਸਾਨ ਜ਼ਿਮੀਂਦਾਰਾਂ ਦੇ ਪੁੱਤਾਂ ਅਸੀਂ ਫਿਰ ਜੇ ਕੋਈ ਹਿਆ ਕੇਸ ਆ ਜਾਂਦਾ ਅਸੀਂ ਪ੍ਰੋਬਲਮਾਂ ਸਮਝਦੇ ਆ ਅਸੀਂ ਫਿਰ ਵੀ ਉਹਨਾਂ ਨਾਲ ਕੰਪਰੋਮਾਈਜ਼ ਕਰ ਲੈਂਦੇ ਆ ਵੀ ਕੋਈ ਨਾ ਜੋ ਤੁਹਾਨੂੰ ਉਹਨਾਂ ਨੂੰ ਖੁਸ਼ ਹੋ ਕੇ ਦਿੰਨਾ ਅਸੀਂ ਉਹ ਲੈਣ ਨੂੰ ਤਿਆਰ ਆ ਮਤਲਬ ਵਿਆਜ ਛੱਡੋ ਤੁਸੀਂ ਜੀ ਕਹਿਣਾ ਆਪਾਂ ਮੂੜ ਮੂਲ ਸਾਡਾ ਹਾਂਜੀ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਗੀ ਇਹ ਪੋਜੀਸ਼ਨ ਆ ਦੇਖੋ ਇੱਕ ਬੰਦੇ ਦਾ ਮੈਂ ਉਹੀ ਜ਼ਿੰਮੇਦਾਰਾਂ ਨੂੰ ਕਹਿਣਾ ਮੈਨੂੰ ਨਹੀਂ ਲੱਗਦਾ ਕੋਈ ਪਾਗ ਲਾੜਤੀ ਆ ਹੋਊਗਾ 100 ਚ ਇੱਕ ਅੱਧਾ ਜਿੱਦੇ ਕਰਕੇ ਕੋਈ ਜ਼ਿੰਮੇਦਾਰ ਮਰਿਆ ਹੋਵੇ ਜਦੋਂ 10 ਜਦੋਂ ਨਾ ਫੈਸਲੇ ਦੀ ਗੱਲ ਆ ਜਾਂਦੀ ਹੁਣ ਬਾਈ ਜੀ ਜਦੋਂ ਡਿਸਪਿਊਟ ਪੈ ਜਾਂਦਾ ਉੱਥੇ 10 ਜ਼ਿੰਮੇਦਾਰ ਵੀ ਹੋਣਗੇ ਤਾਂ 10 ਆੜਤੀ ਵੀ ਇਕੱਠੇ ਹੋਏ ਤਾਂ ਉਹ ਆੜਤੀ ਵਾਲੇ ਨੂੰ ਦੱਬਣਗੇ ਵੀ ਕੋਈ ਗੱਲ ਨਹੀਂ ਚੱਲੇ ਜਾ ਰਹੇ ਹੁਣ ਮਰਿਆ ਹਾਂ ਉਧਰੋਂ ਕਿਸਾਨਾਂ ਵਾਲੇ ਉਹਨੂੰ ਕਹਿਣਗੇ ਵੀ ਚੱਲ ਯਾਰ ਛੱਡ ਪਰਾਂ ਮੋਸਟਲੀ ਦੋਨੇ ਤ ਇਹ ਆ ਕਿ ਦਬਣਾ ਪੈ ਜਾਂਦਾ ਫਿਰ ਆੜਤੀ ਇਹੀ ਗੱਲ ਸੋਚ ਲੈਂਦਾ ਵੀ ਚੱਲ ਯਾਰ ਮੈਂ ਤਾਂ ਫਰਜ਼ ਕਰ ਉਹ ਮੇਰੇ ਕੋਲ 5 10 ਸਾਲ ਫਸਲ ਸਿੱਟ ਗਿਆ 10 ਸਾਲਾਂ ਜੋ ਮੈਨੂੰ ਆੜਤਾ ਤਾਂ ਦੇਖੀ ਕੀਆ ਵਿਚਾਰਾ ਹੂੰ ਠੀਕ ਨਹੀਂ ਗੱਲ ਉਹਦੀ ਫਸਲ ਦੀ ਮਾਰਤ ਤਾਂ ਲੱਤੀ ਹੋਆ ਫਿਰ ਐ ਸੋਚ ਲਈ ਦਾ ਵਿਚਾਰ ਨਹੀਂ ਗਵਾਇ ਐਟ ਪਾਰੇ ਹੋ ਗਿਆ ਹਨਾ ਵੀ ਚਲੋ ਅਸਲ ਪੈਸੇ ਆਪਣੇ ਆ ਗਏ ਚਲੋ ਗੱਲ ਨਿਬੜੀ ਪਰ ਤੂੰ ਭਰਾਵਾ ਆਪਣਾ ਜੂੰਦਾ ਰਹਿ ਤੂੰ ਆਪਣਾ ਮਾਰਨਾ ਪਰ ਅਸੀਂ ਨਾਲ ਉਹਨੂੰ ਫਿਰ ਇਹ ਗੱਲ ਸਮਝਾਉਣੀ ਹੁੰਦੀ ਆ ਵੀ ਕੋਈ ਨਾ ਕੋਈ ਹੋਰ ਕੰਮ ਸਟਾਰਟ ਕਰ ਤਾਂ ਕਿ ਆਪਾਂ ਹੁਣ ਤੁਸੀਂ ਬਾਈ ਜੀ ਮੈਂ ਤੁਹਾਨੂੰ ਛੋਟੀ ਜਿਹੀ ਜਾਣ ਰੰਨਾ ਮੇਰੇ ਤੋਂ ਇੱਕ ਉਹਰੇ ਸਾਡਾ ਇੱਕ ਲੇਬਰ ਵਾਲਾ ਜਿਹੜੇ ਆਪਾਂ ਬਿਹਾਰ ਦੇ ਬਈਏ ਕਹਿੰਦੇ ਨੇ ਉਹਨੇ 10000 ਰੁਪਏ ਲੈ ਕੇ ਰੇੜੀ ਲਾਈ ਮੇਰੇ ਤੋਂ ਲੈ ਕੇ ਹਾਂ ਤੁਸੀਂ ਨੇ ਦੱਸਿਆ ਸੀ ਆਫ ਕੈਮਰਾ ਦਰਸ਼ਕੋ ਵੀਰ ਦੇ ਨਾਲ ਸਾਡੀ ਵਿਚਾਰ ਚਰਚਾ ਜਿਹੜੀ ਨਾਰਮਲ ਹੁੰਦੀ ਰਹਿੰਦੀ ਪਰ ਕੈਮਰੇ ਦੇ ਸਾਹਮਣੇ ਲੈ ਕੇ ਆਉਣ ਦਾ ਜਿਸ ਵੀਰ ਦੀ ਸੋਚ ਨੂੰ ਤੁਸੀਂ ਨੇ ਸੁਣੇ ਲਿਆ ਕਿ ਇਸ ਵੀਰ ਦੀ ਸੋਚ ਇੱਕ ਕਿਸਾਨਾ ਪ੍ਰਤੀ ਆਰਤੀਆ ਹੋਣ ਦੇ ਲਈ ਕੀ ਕਹਿੰਦੀ ਹੈ ਇਸੇ ਕਰਕੇ ਬਾਈ ਨੂੰ ਕੈਮਰੇ ਦੇ ਸਾਹਮਣੇ ਅੱਜ ਲੈ ਕੇ ਆਏ ਬਾਈ ਤੁਸੀਂ ਆਪਣੀ ਗੱਲ ਜਾਰੀ ਰੱਖੋ ਹਾਂਜੀ ਹਾਂਜੀ ਉਹ ਹੁਣ ਤੁਸੀਂ ਮੈਂ ਉਹੀ ਗੱਲ ਲਾ ਦਾਂ ਇੱਕ ਜ਼ਿਮੀਂਦਾਰ 50000 ਰੁਪਏ ਠੇਕਾ ਦੇ ਕੇ ਦੇਖ ਲਓ ਉਹਨੂੰ ਵਿਚਾਰਾ ਤੁਸੀਂ ਕਹਿੰਦੇ 6 ਮਹੀਨੇ ਸੱਪਾਂ ਦੀ ਸਰੀਆਂ ਦੇ ਫਿਰਦਾ ਉਹ ਵਿਚਾਰਾ ਕਹਿੰਦਾ ਨਾ ਕਈ ਤਾਂ ਜ਼ਿਮੀਂਦਾਰ ਸਾਡੇ ਕੋਲ ਇਹੋ ਜਿਹੇ ਹੁੰਦੇ ਨੇ ਵੀ ਜਿਹੜਾ ਨਾ ਢੇਰੀ ਨੂੰ ਪੱਖਾ-ਪੁੱਖਾ ਲਾ ਜਾਦਾ ਫੂਸ ਨਹੀਂ ਵੱਜਦਾ ਹੁੰਦਾ ਉਹ 1000 ਰੁਪਏ ਉਹ ਪੈਸੇ ਵਟ ਕੇ ਉਹਨੂੰ ਇੰਨੀ ਖੁਸ਼ੀ ਹੁੰਦੀ ਆ 1000 ਰੁਪਏ ਜਿਹੜਾ ਫੂਸ ਵਾਲਾ ਉਹਦਾ ਕਾਰਨ ਕੀ ਆ ਕਿਉਂ ਉਹਨੂੰ ਐ ਹੁੰਦਾ ਵੀ ਬਾਕੀ ਦਾ ਮਾਂਡਤੀ ਉਹ ਫੜੇ ਹੋਏ ਉਹ ਪੂਰੇ ਹੋ ਜਾਣੇ ਇਹਦੇ ਵੀ ਮੇਰੀ ਜੇਬ ਕਹੇ ਚਲੋ ਘਰ ਨੂੰ ਮ ਜਲੇਬੀਆਂ ਲੈ ਜਾऊंगा ਮਤਲਬ ਕਿ ਉਹ ਫੂਸ ਦਾ ਹੀ ਬਚਦਾ ਐ ਐਂਡ ਦੇ ਇੰਦਾ ਐਂਡ ਆ ਕੇ ਜੇ ਆਪਾਂ ਕੱਢੀਏ ਹਾਂ ਮਤਲਬ ਕੀ ਉਹਨੂੰ ਇੰਨੀ ਖੁਸ਼ੀ ਹੁੰਦੀ ਮੇਰਾ 11500 ਦਾ ਫੂਸ ਵਿਗ ਗਿਆ ਵੀ ਮੈਨੂੰ ਤਾਂ ਇਹੀ ਬਚ ਗਏ ਵੀ ਮੈਂ ਇਹ ਜਲੇਬੀਆਂ ਲੈ ਜੂਆਂ ਬਾਕੀ ਤਾਂ ਰਿਆੜਤੀ ਤੇ ਕੱਟੇ ਜਾਣਦੇ ਹੁਣ ਦੂਜੀ ਗੱਲ ਤੁਹਾਨੂੰ ਮੈਂ ਜਿਹੜੀ ਬਿਹਾਰੀ ਬੰਦੇ ਦੀ ਗੱਲ ਕਰਦਾ ਹੁਣ ਤੁਸੀਂ ਉਹ 10000 ਰੁਪਏ ਲੱਤਾ ਉਹ ਬੰਦੇ ਨੇ ਮੇਰੇ ਤੋਂ ਦੀਕਾ ਬਿਹਾਰੀ ਬੰਦੇ ਨੇ 10000 ਰੁਪਏ ਨਾਲ ਉਹਨੇ ਇੱਕ ਰੇੜੀ ਲੱਤੀ ਰੇੜੀ ਲੈ ਕੇ ਜੀ ਉਹਨੇ ਆਪਣਾ ਸਮੋਸਿਆਂ ਦਾ ਕੰਮ ਤਾਂ ਤੋਰ ਲਿਆ ਨਾਲ ਸਮੋਸੇ ਨਾਲ ਨਾਲੇ ਆਪਣੇ ਦੁਕਾਨ ਨਾਲੇ ਨਾਲ ਚਾਹ ਦਾ ਕੰਮ ਤੋਰ ਲਿਆ ਸਾਰੇ ਖਰਚੇ ਕੱਢ ਕੇ ਬਾਈ ਜੀ ਉਹਨੂੰ 500 ਰੁਪਏ ਦੀ ਹੜੀ ਪੈ ਜਾਂਦੀ ਆ ਸਾਰੇ ਖਰਚੇ ਕੱਢ ਕੇ ਅੱਛਾ ਹਾਂ ਹੁਣ ਤੁਸੀਂ 500 ਨੂੰ 30 ਨਾਲ ਗੁਣਾ ਕਰ ਲਓ 15000 ਰੁਪਏ ਬਣਾ ਰਿਹਾ ਮਿੱਤੋਂ ਕਿੰਨੇ ਲੱਤੇ ਨੇ 10000 ਰੁਪਏ ਹੁਣ ਇੱਕ ਬੰਦਾ 50000 ਰੁਪਏ ਜੇ 15 ਨੂੰ ਤੁਸੀਂ ਕਰ ਲਓ ਆਪਣਾ ਇਹਦੇ ਨਾਲ 15 ਨੂੰ 30 15 ਦੇ 45 15 ਦੇ ਜੋ 60 15 50 75 15 6 90 ਮਤਲਬ ਕੀ 10000 ਰੁਪਏ ਨਾਲੋਂ 90000 ਰੁਪਏ ਕਮਾ ਰਹਾ ਤੇ ਜ਼ਿਮੀਂਦਾਰ ਦੇ ਮਨ ਚ ਇਹੀ ਅਕਲ ਰਹੀ ਵੀ ਮੈਂ ਕਹਿੰਦਾ ਜ਼ਿਮੀਂਦਾਰਾਂ ਨੂੰ ਕਹਿੰਦਾ ਤੁਸੀਂ ਵੀ ਇਹ ਹਜੇ ਛੋਟੇ ਧੰਦੇ ਕਰੋ ਕੋਈ ਸੰਗ ਯਾਰ ਕਹਦੀ ਮੈਨੂੰ ਮਿਹਨਤ ਕਰਨ ਦੇ ਵਿੱਚ ਕਾਦੀ ਮਿਹਨਤ ਕਰਨ ਦੇ ਵਿੱਚ ਕਾਦੀ ਸੰਗਾ ਹਨ ਜਿਹੜੇ ਲੋਕ ਅੱਜ ਸਾਡੇ ਮਿਹਨਤ ਨਹੀਂ ਕਰ ਰਹੇ ਉਹ ਸਿਰਫ ਇਹੀ ਖੇਤੀ ਉੱਤੇ ਡਿਪੈਂਡ ਹੋਗਾ ਕਿਉਂਕਿ ਖੇਤੀ ਦਾ ਜਿਹੜਾ ਨਾ ਗ੍ਰਾਫ ਆ ਤੁਸੀਂ ਜਦੋਂ ਜਦੋਂ ਦੀ ਖੇਤੀ ਸ਼ੁਰੂ ਹੋਈ ਹੈ ਦਾ ਗ੍ਰਾਫ ਇੰਨਾ ਜਿਆਦਾ ਉੱਪਰ ਨਹੀਂ ਉੱਠ ਸਕਿਆ ਨਹੀਂ ਉੱਠ ਸਕਿਆ ਕਿਉਂਕਿ ਜਦ ਕੀ ਉੱਠਣਾ ਚਾਹੀਦਾ ਜੇ ਅੱਜ ਕਣਕ ਦਾ ਰੇਟ ਤਾਂ 7000 ਰੁਪਿਆ ਰੇਟ ਚਾਹੀਦਾ ਸੀਗਾ ਉਹਦੇ ਕਰਕੇ ਅਸੀਂ ਜਿਹੜੇ ਜ਼ਿਮੀਂਦਾਰਾਂ ਬਹੁਤ ਥੱਲੇ ਰਹਿ ਗਏ ਆ ਪਰ ਮੈਂ ਫੇਰ ਵੀ ਜ਼ਿਮੀਂਦਾਰ ਜਿਹੜੇ ਜਿਹੜੇ ਸੁਸਾਇਟ ਕਰ ਰਹੇ ਹਨ ਉਹ ਨਹੀਂ ਕਰਨਾ ਚਾਹੀਦਾ ਦੇਖੋ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਆ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਹੈਗਾ ਪਰ ਜਦੋਂ ਆਪਾਂ ਇੱਕ ਚੀਜ਼ ਹੁੰਦੀ ਹੈ ਗੱਲ ਤੁਸੀਂ ਦਿਮਾਗ ਨਾਲ ਕਹਿਣੀ ਇੱਕ ਚੀਜ਼ ਦੀ ਗੱਲ ਕਹਿਣੀ ਨਹੀਂ ਦਿਲ ਨਾਲ ਜਿਹੜਾ ਬੰਦਾ ਦਿਲ ਨਾਲ ਗੱਲ ਕਹਿੰਦਾ ਉਹ ਦਿਲ ਉੱਤੀ ਲੱਗਦੀ ਹੈ ਜਿਹੜਾ ਬੰਦਾ ਹੁਣ ਜਿਹੜੇ ਮਹਾਜਨ ਲੋਕ ਸੀਗੇ ਸਭ ਤੋਂ ਪਹਿਲਾਂ ਆੜਤੀ ਸੀਗੇ ਉਹ ਦਿਮ ਅਸੀਂ ਦਿਲ ਨਾਲ ਚੱਲਦੇ ਆ ਜੋ ਗੱਲ ਮੂੰਹ 'ਚ ਆ ਕੇ ਤਾਂ ਫੜਕ ਦੇ ਕੇ ਕਹਿ ਦੇਣੀ ਆ ਠੀਕ ਨਹੀਂ ਗੱਲ ਐ ਇਹ ਇਹ ਠੰਡਾ ਸਾਡੇ ਵਾਸਤੇ ਵੈਸੇ ਹੈ ਨਹੀਂ ਜਗਾ ਸਾਡੇ ਲੈਗ ਦਾ ਆੜਤੀਆਂ ਵਾਲਾ ਹੈ ਚਲੋ ਅਸੀਂ ਇੱਕ ਤੱਕੇ ਜਿਹਾ ਨਾ ਫਸ ਗਏ ਆ ਵਿੱਚ ਜਿੱਦਨ ਦੇ ਅਸੀਂ ਆੜਤੀ ਬਣਿਆ ਕਰ ਆਪ ਥੱਲੀ ਆਇਆ ਆੜਤ ਦਾ ਕਿਉਂਕਿ ਜਿਹੜਾ ਮਹਾਜਨ ਬੁੱਧੀ ਸੀਗੀ ਉਹ ਬੜਾ ਜੱਟ ਨੂੰ ਉਹਨੇ 4-4 ਘੰਟੇ ਬਿਠਾ ਕੇ ਪੈਸੇ ਦੇਣੇ ਅਹਿਸਾਸ ਕਰਾਉਣਾ ਮਤਲਬ ਆਪਣੇ ਇਹ ਹੁੰਦਾ ਕਿ ਤੁਸੀਂ ਹੁਣ ਜਿੰਮੇਦਾਰ ਦੀ ਗੱਲ ਕਰੀ ਕਿ ਚਲੋ ਯਾਰ ਆਇਆ ਤਾਂ ਉਹਨੂੰ ਚਾਹ ਪਿਲਾਓ ਉਹਨੂੰ ਜਿਆਦਾ ਹੈਰਾਨ ਕਰੀ ਨਾ ਆਪਾਂ ਕਰੀਏ ਜੋ ਮੰਗਦਾ ਤਾਂ ਦਿਤਾ ਜਾ ਸਾਡੇ ਜੇ ਨਾ ਕਿਤੇ ਨਾ ਕਿਤੇ ਜਿਵੇਂ ਇੱਕ ਡਾਕਟਰ ਤੁਸੀਂ ਫਿਲਮ ਦੇਖੀ ਹੋਈ ਸੀਗੀ ਸੰਜੀਤਾ ਦਾਤ ਜਾਈ ਸੀਗੀ ਵੀ ਇੱਕ ਡਾਕਟਰ ਦਾ ਬੱਚਾ ਜਦ ਡਾਕਟਰ ਬਣਦਾ ਉਹ ਪਹਿਲਾਂ ਇਹ ਕਹਿੰਦੇ ਆ ਵੀ ਟੀਗਾ ਲਾਉਣ ਲੱਗੇ ਤੁਸੀਂ ਇਹ ਨਹੀਂ ਸਮਝਣਾ ਵੀ ਇਹ ਮੇਰਾ ਰਿਸ਼ਤੇਦਾਰ ਆ ਠੀਕ ਨਹੀਂ ਗੱਲ ਆ ਹੁਣ ਅਸੀਂ ਜ਼ਿੰਮੇਵਾਰ ਦੇ ਹੋਣ ਦੇ ਨਾਤੇ ਅਸੀਂ ਜ਼ਿੰਮੇਵਾਰਾਂ ਦਾ ਦਰਦ ਸਮਝ ਲੈਣਾ ਅਸੀਂ ਉਹਨਾਂ ਨੂੰ ਇਹ ਮਤਲਬ ਫੀਲ ਕਰ ਲੈਣਾ ਚਾਹ ਲੈ ਯਾਰ ਸਾਡਾ ਭਾਈ ਇਹਨੂੰ ਚਾਹ ਬਲਾਵ ਵਾਲਾਂ ਦਾ ਯਾਰ ਫਿਰ ਇਹਨੂੰ ਉਹ ਕਰ ਬਾਣੀਆ ਕਦੇ ਨਹੀਂ ਇਹ ਗੱਲ ਸੋਚੂਗਾ ਚਾਹ ਦੇ پیسے ਹੀ ਵਿਚਾਊਗਾ ਵੀ ਜੇ ਇੱਕ ਨੇ ਸਰ ਜਵੇ ਤੁਸੀਂ ਦੇਖ ਲਓ ਮੋਸਟਲੀ ਬਾਣੀਏ ਤੁਸੀਂ ਜਾ ਕੇ ਦੁਕਾਨਾਂ 'ਚ ਜਾ ਕੇ ਦੇਖ ਲਿਓ ਉਹਨਾਂ ਦੇ ਸਾਡੇ ਤਾਂ ਹੁਣ ਚਾਹ ਦਾ ਚੁੱਲਾ ਚੱਲਾ ਸਭ ਕੁਝ ਰੱਖਿਆ ਹੋਇਆ ਤੁਸੀਂ ਮੋਸਟਲੀ ਉਹ ਤੁਹਾਨੂੰ ਚਾਹ ਪੁੱਛਣਗੇ ਨਹੀਂ ਪਲਾਉਣੀ ਤਾਂ ਬਹੁਤ ਦੂਰ ਦੀ ਗੱਲ ਆ ਥੋੜਾ ਪੁੱਛਣਗੇ ਨਹੀਂ ਹਾਂ ਵੀ ਉਹ 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 ਇੱਥੇ ਤੱਕ ਜਾਂਦੇ ਨੇ ਵੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਬਾਣੀਆਂ ਬੰਦਾ ਇੰਨੀ ਬਰੀਕੀ ਚ ਜਾ ਸਕਦਾ ਸਾਡੀ ਜੱਟ ਬੁੱਧੀ ਆ ਵੀ ਅਸੀਂ ਕਹਿੰਨਾ ਵੀ ਚੱਲ ਕੋਈ ਨਾ ਜੋ ਪਰਮਾਤਮਾ ਨੇ ਸਾਡਾ ਪਤਾ ਕੀ ਸਿਸਟਮ ਚੱਲਦਾ ਜੱਟਾਂ ਦਾ ਵੀ ਚਲੋ ਐਤ ਕੀ ਪਰਮਾਤਮਾ ਨੇ ਨਹੀਂ ਦਿੱਤਾ ਤਾਂ ਅਗਲੇ ਸਾਲ ਸੀ ਬਸ ਅਗਲੇ ਡਿਪੈਂਡ ਕਰੀ ਜਾਂਦੇ ਅਗਲੇ ਅਗਲੇ ਵਾਲੇ ਉਹ ਅਗਲਾ ਸਾਲ ਪਤਾ ਨਹੀਂ ਭਾਈ ਕਦੋਂ ਆਉਣਾ ਕਦੋਂ ਨਹੀਂ ਇਹ ਬਹਿਰ ਨੂੰ ਪਤਾ ਪਰ ਜੱਟ ਦਾ ਜਿੰਨਾ ਦਿਲ ਸਾਵ ਆ ਉਹਨਾਂ ਕਿਸੇ ਦਾ ਹੋ ਨਹੀਂ ਸਕਦਾ ਤੇ ਨਾਲ ਇਹਦੇ ਵਿੱਚ ਕੋਈ ਠੱਗੀ ਠੋਰੀ ਜੱਟ ਵਾਲੇ ਬਿਜ਼ਨਸ ਕੋ ਜਿਹੜਾ ਉਹਦਾ ਰੇਟ ਆ ਜਿਹੜਾ ਸਰਕਾਰੀ ਆ ਉਹ ਕਰ ਕੀ ਸਕਦਾ ਜਰਾ ਵੀ ਕਿਤੇ ਨਾ ਕਿਤੇ ਹੁਣ ਮੈਂ ਜੱਟਾਂ ਅੱਗੇ ਹੀ ਬੇਨਤੀ ਕਰਨਾ ਜੇ ਘਟਾ ਕੇ ਆਪਣੇ ਆਪ ਨੂੰ ਡਿਸਪੀਪਲਨ ਠੀਕ ਕਰੋ ਤਾਂ ਕਿ ਆਪਣੇ ਘਰ ਦੀ ਜਿਹੜੀ ਆਰਥਿਕ ਸਥਿਤੀ ਠੀਕ ਹੋਊਗੀ ਤਾਂ ਹੀ ਆਪਾਂ ਖੁਸ਼ਹਾਲ ਰਹਿ ਸਕਾਂਗੇ ਅਹ ਦੋਸਤੋ ਬਾਈ ਹਰਿੰਦਰ ਨੇ ਬਹੁਤ ਵਧੀਆ ਸਾਡੇ ਨਾਲ ਵਿਚਾਰ ਚਰਚਾ ਕੀਤੀ ਬਹੁਤ ਵਧੀਆ ਸਲਾਹਾਂ ਜਿਹੜੀਆਂ ਨੇ ਸਾਨੂੰ ਦਿੱਤੀਆਂ ਬਾਈ ਨੇ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਨੇ ਸਾਨੂੰ ਸਾਰਿਆਂ ਨੂੰ ਹਾਂਜੀ ਮਾਮੀ ਬਹੁਤ ਬਹੁਤ ਬਾਈ ਸੰਸਾਰਦੀਪ ਜੀ ਉਹਨਾਂ ਦਾ ਜਿਹੜੇ ਸਾਡੇ ਉਰੇ ਇੱਕ ਤੋਂ ਇੱਕ ਵਧੀਆ ਵਿਅਕਤੀ ਦੀ ਇੰਟਰਵਿਊ ਲੈ ਕੇ ਉਰੇ ਲੈ ਕੇ ਆਉਂਦਾਂ ਨੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਵੈਖਰ ਜੀ ਕਾ ਖਾਲਸਾ ਵੈਖਰ ਜੀ ਕੀ ਸੋ ਦਰਸ਼ਕੋ ਹਰਿੰਦਰ ਬਾਈ ਨੇ ਸਿੱਧਾ ਕਿਹਾ ਕਿ ਜੇਕਰ ਕਿਸਾਨੀ ਬਚਾਉਣੀ ਖੇਤੀ ਬਚਾਉਣੀ ਤਾਂ ਆਪਾਂ ਨੂੰ ਸਹਾਇਕ ਧੰਦਿਆਂ ਦੇ ਵਿੱਚ ਨਾਲ ਉਤਰਨਾ ਪੈਣਾ ਹੈ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾਉਣੇ ਪੈਣੇ ਨੇ ਜੇਕਰ ਇੱਕ ਬਿਹਾਰੀ ਮਜ਼ਦੂਰ ਪੰਜਾਬ ਆ ਕੇ 10000 ਰੁਪਏ ਤੋਂ ਆਪਣਾ ਕੰਮ ਸ਼ੁਰੂ ਕਰਕੇ ਮਹੀਨੇ ਦਾ 15000 ਰੁਪਏ ਕਮਾ ਸਕਦਾ ਤਾਂ ਇੱਕ ਜ਼ਿਮੀਂਦਾਰ ਸਹਾਇਕ ਧੰਦਾ ਕਰਕੇ ਕਿਉਂ ਨਹੀਂ ਉਹ 15000 ਰੁਪਏ ਆਪਣੀ ਜੇਬ ਦੇ ਵਿੱਚ ਮਹੀਨੇ ਦਾ ਪਾ ਸਕਦਾ ਵੀਰ ਦਾ ਕਹਿਣਾ ਹੈ ਕਿ ਕੋਈ ਕੰਮ ਜਿਹੜਾ ਛੋਟਾ ਵੱਡਾ ਨਹੀਂ ਹੁੰਦਾ ਬਸ ਮਿਹਨਤ ਕਰਨ ਦੇ ਵਿੱਚ ਤੁਸੀਂ ਸ਼ਰਮ ਨਾ ਕਰੋ ਉਮੀਦ ਕਰਦੇ ਹਾਂ ਬਾਈ ਦੇ ਨਾਲ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਊਗੀ ਅਗਲੀ ਅਪਡੇਟ ਦੇ ਲਈ ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ ਮੰਨੂ ਦੇਓ ਆ ਗਿਆ ਧੰਨਵਾਦ ਤਾਜ਼ਾ ਖਬਰਾਂ ਕਿ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ